ਸਸੀਗਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤੇ ਅੱਜ ਰਾਜੇ ਤੁਹਾਡੇ ਵਾਸਤੇ ਲੈ ਕੇ ਆ ਕਰੰਟ ਅਫੇਅਰਾਂ ਦਾ ਲੈਕਚਰ ਪਾਰਟ ਨੰਬਰ 2 ਹੈ ਵੈਸੇ ਤੇ ਵੈਸੇ ਆਪਣੇ 18 ਤੋਂ ਲੈ ਕੇ 24 ਸਤੰਬਰ ਤੱਕ ਹੈ ਤੇ ਜਿਹੜੇ ਬੱਚਾ ਨੇ ਹੁਣ ਕਰੰਟ ਅਫੇਅਰ ਕਰਨੇ ਆ ਠੀਕ ਆ ਤੁਸੀਂ ਕਰੰਟ ਅਫੇਅਰ ਕਰ ਚੱਕਨੇ ਆ ਅਗਸਤ ਤੋਂ ਅਗਸਤ ਤੋਂ ਕਿਸ ਕੋਈ ਵੀ ਪੇਪਰ ਦੇਣਾ ਹੁੰਦਾ ਤੁਸੀਂ ਅਗਸਤ ਤੋਂ ਕਰੰਟ ਅਫੇਅਰ ਚੱਕ ਲਿਓ ਅਗਸਤ ਤੋਂ ਲੈ ਕੇ ਜਦ ਤੱਕ ਤੁਹਾਡਾ ਪੇਪਰ ਟੈਲ ਪੇਪਰ ਤੱਕ ਤੁਸੀਂ ਉਹੀ ਕਰੰਟ ਅਫੇਅਰ ਕਰਨੇ ਆ ਠੀਕ ਆ ਤੇ ਤੁਹਾਨੂੰ ਵੀ ਬਾਰੀ ਬਾਰੀ ਫੇਰ ਦੱਸਣਾ ਚਾਹੁੰਦਾ ਰਾਜੇ ਦੇਖੋ ਮੈਂ YouTube ਤੇ ਵੀਡੀਓ ਪਾਣਾ ਕੋਈ ਦੇ ਕੋਈ ਬੜਾ ਕੋਈ ਲੰਮਾ ਚੋੜਾ ਇਨਕਮ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਜੇ ਮੈਂ ਇਹਦਾ ਬੈਚ ਵੀ ਪ੍ਰੋਵਾਈਡ ਕਰਵਾਵਾਂ ਨਾ ਮੈਨੂੰ ਪਤਾ ਕਿ ਕਰੰਟ ਅਫੇਅਰ ਦਾ ਮਾਰਜਿਨ ਆਪਣਾ ਬਹੁਤ ਵਧੀਆ ਹੈਗਾ ਤੇ ਮੈਨੂੰ ਪਤਾ ਵੀ ਹੁੰਦਾ ਕਿ ਕਿੱਥੋਂ ਕਿੱਥੋਂ ਇਹ ਚਾਹਦੇ ਹੈਗੇ ਠੀਕ ਹੈ ਸਾਰਾ ਤੇ ਰਗਰਗ ਵਾਲੇ ਜਿਹੜੇ ਹੈਗੇ ਇਹ ਕਿ ਜੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਵਾਸਤੇ ਇਹ 골ਡਨ ਚਾਂਸ ਆ ਪਾਸ ਹੋਣ ਵਾਸਤੇ ਠੀਕ ਹੈ ਕਰੰਟ ਅਫੇਅਰ ਸਟ੍ਰੈਟੇਜੀ ਕੇ ਜਿੰਨੀ ਮਰਜ਼ੀ ਕਰ ਲੋ ਦੇਖੋ ਜਿਹੜੀ ਜੀਕੇ ਨਾ ਜੀਕੇ ਹੈਗਾ ਇੱਕ ਸਮੁੰਦਰ ਜੀਕੇ ਇੱਕ ਸਮੁੰਦਰ ਹੈ ਇਹ ਕਦੇ ਨਹੀਂ ਮੁੱਕਦੀ ਜੀ ਕੇ ਠੀਕ ਹੈ ਪਰ ਸਮੁੰਦਰ ਦੇ ਵਿੱਚੋਂ ਆਪਾਂ ਉੰਨੀ ਕਿਹੇ ਚੀਜ਼ ਕਵਰ ਕਰਨੀ ਹੈ ਜਿਹਦੇ ਵਿੱਚ ਆਪ ਨੂੰ ਪਤਾ ਕੀ ਭਾਈ ਇੱਥੇ ਹੀਰੇ ਮੋਤੀ ਹੈ ਠੀਕ ਹੈ ਉਹੀ ਚੀਜ਼ ਆਪਾਂ ਕਰ ਸਕਦੇ ਹਾਂ ਜੀ ਉਹੀ ਸੇਮ ਟੂ ਸੇਮ ਪ੍ਰੋਸੈਸ ਆਪਣਾ ਸਮੁੰਦਰ ਦੇ ਵਿੱਚੋਂ ਚੀਜ਼ਾਂ ਲੱਭ ਲੱਭ ਲਿਆਉਣੀਆਂ ਬਹੁਤ ਔਖੀਆਂ ਹੈਗੀਆਂ ਇਹ ਸਾਨੂੰ ਵੀ ਪਤਾ ਹੈ ਹੁਣ ਤੁਸੀਂ ਦੇਖੋ ਕੋਈ ਵੀ ਬੱਚਾ ਹੈ ਠੀਕ ਹੈ ਉਹ ਨਾ ਤਾਂ ਇਹ ਹੋਵੇ ਕਿ ਕੱਲੇ ਵਿੱਚ ਕਰੰਟ ਅਫੇਅਰ ਲੱਭ ਲਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਸੋਰੀ ਜੀ ਜੋ ਕਰਾ ਡਫਰ ਲੱਭ ਕੇ ਮੈਂ ਆਪ ਕਰਾਂ ਠੀਕ ਹੈ ਇਹ ਕੰਮ ਤੁਸੀਂ ਮੇਰੇ ਛੱਡ ਤੋਂ ਲੱਭਣ ਲਵਾਉਣ ਵਾਲਾ ਤੁਸੀਂ ਇੱਕ ਕੰਮ ਕਰਨਾ ਤੁਸੀਂ ਕਰਨਾ ਸਿਰਫ ਸਟੱਡੀ ਕਰਨੀ ਹੈ ਠੀਕ ਹੈ ਸਿਰਫ ਇੱਤੇ ਸਰਪ ਕੀ ਕਰਨੀ ਸਟੱਡੀ ਕਰਨੀ ਹੈ ਮੈਂ ਪੰਜਾਬ ਪੁਲਿਸ ਦੇ ਪੇਪਰਾਂ ਦੇ ਠੀਕ ਹੈ ਜੀ ਤੇ ਪਟਵਾਰੀ ਦੇ ਪੇਪਰ ਇਹ ਪੰਜਾਬ ਪੁਲਿਸ ਦੀ ਖਾਸ ਕਰਕੇ ਮੈਂ ਗਾਰੰਟੀ ਲਵਾਂਗਾ ਠੀਕ ਹੈ ਜੀ ਪਿਛਲੀ ਵਾਰ ਗਾਰੰਟੀ ਦਿੱਤੀ ਸੀ ਉਹੀ ਗਾਰੰਟੀ ਮੇਰੀ ਇਸ ਵਾਰ ਹੋਊਗੀ ਕਿ ਸਲੇਵਸ ਦੇ ਵਿੱਚੋਂ 90% ਸਲੇਵਸ 95% ਸਲੇਵਸ ਤੁਹਾਨੂੰ ਮਿਲੂਗਾ ਸੇਮ ਟੂ ਸੇਮ ਪੇਪਰ ਦੇ ਵਿੱਚ ਜਾ ਕੇ ਇਹ ਨਹੀਂ ਹੈਗਾ ਕਿ ਬਸ ਇੱਕ ਹਵਾਈ ਗੱਲਾਂ ਨਹੀਂ ਆ ਠੀਕ ਹੈ ਦੁਬਾਰੇ ਫੇਰ ਕਹਿਣਾ ਹੈ ਬੱਚਾ ਪਾਸ ਉਹੀ ਹੋਊਗਾ ਜਿਹੜਾ ਮੈਥ ਕਰੰਟ ਰੀਜਨਿੰਗ ਚਲੋ ਫਿਰ ਵੀ ਸੌਖਾ ਸਬਜੈਕਟ ਹੈ ਤੇ ਜੀਕੇ ਦੀ ਸਟੈਟਿਕ ਪੁੱਛਣ ਜਿਹੜਾ ਮੈਂ ਕਰਵਾਉਂ ਸਰ ਉਹੀ ਕਰਨਾ ਐਕਸਟਰਾ ਤੁਸੀਂ ਕੁਝ ਨਹੀਂ ਕਰਨਾ ਯਾਰ ਮੈਂ ਪਤਾ ਤੁਸੀਂ ਉਹ ਸਿੰਧੂ ਘਾਟੀ ਸਭਿਆਤਾ ਦੇ ਮੰਗਤੁਰੇ ਫਿਰ ਦੋ ਦਿੱਲੀ ਸਲਤਨਤ ਦੇ ਮੰਗਤੁਰੇ ਪਤਾ ਕੋਈ ਨਹੀਂ ਪਾਉਂਦਾ ਉਹਦੇ ਚ ਕੁਝ ਵੀ ਸੰਦੋ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ 스마트 ਵਰਕ ਕਰਨਾ ਸਿੱਖੋ ਚਲੋ ਅੱਜ ਆਪਾਂ ਕਰਦੇ ਆਂ ਕਰੰਟ ਫਿਰ ਇੱਕ ਵੀਕ ਦੇ ਸਤੰਬਰ ਦੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਜੀ ਨੂੰ ਸਬਸਕ੍ਰਾਈਬ ਕਰਨਾ ਜੇ ਕਿਸੇ ਨੇ ਪਈ ਦੇ ਪੀਡੀਐਫ ਫ੍ਰੀ ਦੇ ਵਿੱਚ ਲੈਣੇ ਆ ਤਾਂ ਤੁਸੀਂ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਰਾਜੇ ਤੇ ਬਾਕੀ ਕਲਾਸ ਤੁਸੀਂ ਐਪ ਤੇ ਵੀ ਪਰਚੇਸ ਕਰ ਸਕਦੇ ਹੋ ਐਪ ਦਾ ਨਾਮ ਹੈਗਾ ਦੀਪ ਪੁੱਲਰ এডੂਕੇਸ਼ਨ ਅਰਾ ਐਪ ਹੈਗੀ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ 784385915 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਜਿੰਨਾ ਬੱਚੇ ਕੋਲ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਤੇ ਉਹ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰੈਮ ਜੇ ਕੋਈ ਬੱਚਾ ਨਮੋ ਮੈਨ ਇੰਸਟਾਗ੍ਰam ਦੀ ਫੋਲੋ ਕਰ ਸਕਦਾ ਇੰਸਟਾਗ੍ਰam ਤੇ ਮੇਰੀ ਜਿਹੜੀ ਹੈਗੀ ਭੁੱਲਰ 3518 ਆਪਣੇ ਕੋਲ ਸਾਰੇ ਬੈਚ ਚੱਲਦੇ ਆ ਹਰਿਆਣਾ ਹਾਈ ਕੋਰਟ ਵੀਡੀਓ ਜੇ ਤੁਸੀਂ ਪਰਚੇਜ ਕਰਨਾ ਚਾਹੁੰਦੇ ਹੋ ਕਰ ਸਕਦੇ ਨੋਰਮਲ ਪ੍ਰਾਈਸ ਹੈ ਜੀ ਸਿਰਫ ਠੀਕ ਹੈ ਜੀ ਤਾਂ ਇਹ ਕਰ ਸਕਦੇ ਸਾਰੇ ਬੈਚ ਤੇ ਬਿਲਕੁਲ ਨੋਰਮਲ ਪ੍ਰਾਈਸ ਤੇ ਏਦੋਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਏਦੋਂ ਇੰਡੀਆ ਦੇ ਵਿੱਚ ਕੋਈ ਸਸਤੇ ਬੈਚ ਪ੍ਰੋਵਾਈਡ ਕਰਵਾਉਂਦਾ ਹੋਊਗਾ ਠੀਕ ਹੈ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਕਰੰਟ ਵਿੱਚ ਸਭ ਤੋਂ ਪਹਿਲਾਂ ਰਾਜ ਜੀ ਸੋ ਆਪਾਂ ਪ੍ਰੈਸ਼ਨ ਪਹਿਲਾ ਪ੍ਰੈਸ਼ਨ ਕਿਹੜਾ ਹੈਗਾ ਪਹਿਲਾ ਪ੍ਰੈਸ਼ਨ ਹੈਗਾ ਆਪਣੇ ਕੋਲੇ ਵਿਚ ਆਫ ਦਾ ਫੋਲੋਇੰਗ ਹੈਜ਼ ਰੀਲੀਜ਼ ਅ ਨਿਊ ਡਿਜੀਟਲ ਪਬਲਿਕੀਸ਼ਨ ਬੀ ਐਲਓ ਬੀ ਐਲਓ ਤੁਸੀਂ ਨਾ ਸੁਣਿਆਗਾ ਆਪਾਂ ਜਿਹੜੇ ਕੱਢਾਂ ਦੇ ਵਿੱਚ ਵੋਟਾਂ ਨਹੀਂ ਬਣਵਾਉਂਦੇ ਹੁੰਦੇ ਹੁਣ ਤੁਹਾਨੂੰ ਪਤਾ ਹੈਗਾ ਹੁਣ ਵੋਟਾਂ ਚਲਦੀਆਂ ਹੁੰਦੀਆਂ ਆਪਣੇ ਵੋਟਾਂ ਵੇਲੇ ਆਪ ਨੂੰ ਦਾਰੂ ਵੀ ਮਿਲਦੀ ਹੁੰਦੀ ਹੈ ਭੁੱਕੀ ਦੇ ਚਮਚੇ ਵੀ ਮਿਲਦੇ ਆ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਸਾਡੇ ਵਿੱਚ ਦੇਖੇ ਜਾਂਦੇ ਹੁੰਦੇ ਸੀ ਤੇ ਉਵੇਂ ਜਿਵੇਂ ਬੀ ਐਲਓ ਉਹ ਕੰਮ ਉਹਨਾਂ ਆਪਣੇ ਕੋਲੇ ਵੋਟਾਂ ਹੀ ਨਹੀਂ ਬਣਾ ਕੇ ਜਾਂਦਾ ਹੁੰਦਾ ਐਟ ਇਵੈਂਟ ਇਨ ਨਿਊ ਦਿੱਲੀ ਕਨੇ ਹੇਟ ਲਿਗਾ ਵਿੱਚੋ ਕਿਸ ਨੇ ਨਵੀਂ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਇੱਕ ਨਵਾਂ ਡਿਜੀਟਲ ਪ੍ਰਕਾਸ਼ਨ ਬੀਐਲਓ ਪ੍ਰਤੀਕਾ ਜਾਰੀ ਕੀਤੀ ਹੈ ਰਾਜੇ ਬੀਐਲਓ ਈ ਪ੍ਰਤੀਕਾ ਜਾਰੀ ਕੀਤੀ ਹੈ ਇਹ ਕਿਨੇ ਜਾਰੀ ਕੀਤੀ ਹੈ ਰਾਜੇ ਇਹ ਕੀਤੀ ਹੈ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਨੇ ਕੀਤੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁਣ ਦੇਖੋ ਮੇਰਾ ਅਪਰੇਸ਼ਨ ਤੁਹਾਡੇ ਵਾਸਤੇ ਇਹ ਹੈ ਅਪਰੇਸ਼ਨ ਇਹ ਨਹੀਂ ਪਤਾ ਕਿ ਇੱਥੋਂ ਨਹੀਂ ਬਣਾਣਾ ਜ਼ਰੂਰੀ ਹੈ ਕਿ ਅਪਰੇਸ਼ਨ ਇੱਥੇ ਬਣੂਗਾ ਕਿਉਂਕਿ ਪਿਛਲੀ ਵਾਰ ਜਦੋਂ ਜ਼ਿਆਦਾ ਅਪਰੇਸ਼ਨ ਉਹ ਬਣਿਆ ਜਿਹਨੇ ਮੈਨੂੰ ਪੈਸੇ ਕਰਵਾਏ ਸੀ ਹੁਣ ਮੈਨੂੰ ਆਏ ਦੱਸੋ ਕਿ ਐਰ ਕੀ ਜਿਹੜਾ ਆਪਣੇ ਇਲੈਕਸ਼ਨ ਕਮਿਸ਼ਨ ਹੈ ਇੰਡੀਆ ਦਾ ਠੀਕ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਕੌਣ ਹੈ ਬਸ ਮੈਨੂੰ ਇਹ ਹੀ ਦੱਸ ਦਿਓ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੌਣ ਆ ਹੁਣ ਆਪਣਾ ਦੱਸੋ ਰਜੀਵ ਕੁਮਾਰ ਆ ਜੀ ਠੀਕ ਹੈ ਰਜੀਵ ਕੁਮਾਰ ਆ ਆਪਣਾ ਇਸ ਟਾਈਮ ਤੇ ਵੈਰੀ ਵੈਰੀ ਇੰਪੋਰਟੈਂਟ ਜਿਹੜਾ ਇਹ ਜਿਹੇ ਅਪ੍ਰੇਸ਼ਨ ਤੁਸੀਂ ਸਕਿਪ ਨਹੀਂ ਕਰਨੇ ਰਾਜੇ ਠੀਕ ਹੈ ਕੌਣ ਹੈ ਰਜੀਵ ਕੁਮਾਰ ਹੁਣ ਜ਼ਰੂਰੀ ਨਹੀਂ ਹੈਗਾ ਪ੍ਰੋਸੀਜਰ ਥੱਲੇ ਆ ਤਾਂ ਖਲੇ ਚ ਬਣੂਗਾ ਆ ਵੀ ਬਣ ਸਕਦਾ ਜ਼ਰੂਰੀ ਨਹੀਂ ਕਿ ਇਹਦੇ ਚ ਬਣੂਗਾ ਆ ਵੀ ਬਣ ਸਕਦਾ ਠੀਕ ਹੈ ਹੁਣ ਇੱਕ ਅਪ੍ਰੋਚਨ ਹੋਰ ਵੀ ਬਣ ਸਕਦਾ ਕਿ ਜਿਹੜੀ ਬੀਐਲਓ ਦੀ ਈ ਪਰਤ ਦਾ ਈਵੈਂਟ ਹੋਇਆ ਕਿੱਥੇ ਹੋਇਆਗਾ ਇਹ ਨਿਊ ਦਿੱਲੀ ਦੇ ਵਿੱਚ ਹੋਇਆ ਠੀਕ ਹੈ ਜਿਹੜਾ ਅਪ੍ਰੋਚਰ ਕਰਵਾਉਗਾ ਡਿਟੇਲ ਚ ਕਰਨਾ ਚੰਗੀ ਤਰ੍ਹਾਂ ਕਰਨਾ ਹੁਣ ਦੇਖੋ ਅਗਲਾ ਵਿੱਚ ਜੂਲੋਜੀਕਲ ਪਾਰਕ ਹੈਜ਼ ਬੀਨ ਰੈਕੋਗਨਾਈਜ਼ਡ ਐਟ ਦਾ ਬੈਸਟ ਜੂ ਇਨ ਦਾ ਕੰਟਰੀ ਕਿਹੜੇ ਜੂ ਲੋਜੀਕਲ ਪਾਰਕ ਨੂੰ ਦੇਸ਼ ਦਾ ਕੱਲੇ ਇੰਡੀਆ ਦੀ ਗੱਲ ਕਰਦੇ ਜਿੰਨੀ ਵੀ ਦੇਸ਼ ਆਪਣੇ 195 ਦੇਸ਼ ਸਾਰੇ ਦੇਸ਼ਾਂ ਦੇ ਵਿੱਚ ਕੋਈ ਸਭ ਤੋਂ ਵਧੀਆ ਕਿਹੜਾ ਜੈਨੇ ਬਾਈ ਚਿੜੀਆ ਘਰ ਹੈਗਾ ਉਹ ਕਿਹਨੂੰ ਮਿਲ ਜਾਉ ਮੰਨਦਾ ਦੱਸੋ ਭਾਈ ਸਾਹਿਬ ਕਿੱਥੋਂ ਨੇ ਮਿਲੂਗਾ ਇਹ ਮਿਲਿਆ ਦਾ ਜੀ ਡੀ ਨੰਬਰ ਆਪਸ਼ਨ ਦੇਖੋ ਮੈਂ ਕੱਲੀ ਕੱਲੀ ਆਪਸ਼ਨ ਹੀ ਬੋਲਦਾ ਟਾਈਮ ਹੈ ਨਹੀਂ ਆਪਣੇ ਕੋਲੇ ਕੱਲੀ ਮੈਂ ਕੱਲੀ ਆਨਸਰ ਤੇ ਹੀ ਮੈਂ ਟੈਕ ਕਰੂੰਗਾ ਠੀਕ ਹੈ ਤੁਹਾਡਾ ਵੀ ਡਾਟਾ ਹੁੰਦਾ ਤੁਸੀਂ ਵੀ ਇੰਸਟਾਗ੍ਰam ਤੇ ਵੀਡੀਓ ਵੀਡੀਓ ਦੇਖਣੇ ਹੁੰਦੇਗਾ ਮਿੰਟਾ ਪਤੰਦਰ ਨੂੰ ਤੁਸੀਂ ਫੋਲੋ ਕਰਦੇ ਨਹੀਂ ਹੈ ਮੇਰੀ ਜਿਹੜੀ ਹੈਗੀ ਹੈ ਪੁੱਲਰ 3518 ਮੈਨੂੰ ਵੀ ਕਰ ਲਿਆ ਕਰੋ ਯਾ ਮੈਂ ਨਿੱਕੇ ਕੱਪੜੇ ਪਾ ਕੇ ਆਇਆ ਕਰ। ਠੀਕ ਹੈ ਬੰਦਿਆਂ ਨੂੰ ਫੋਲੋ ਕਰ ਲਓ ਨਹੀਂ ਮੈਨੂੰ ਫਿਰ ਕਰਾਉਣਾ ਵੀ ਆਉਂਦਾਗਾ ਠੀਕ ਹੈ। ਚਲੋ। ਇਹ ਹੈ ਰਾਜੇ ਪਦਮ ਮੱਝਾ ਨੇੜੂ ਹਿਮਾਲਿਆ ਜੂਲੋਜੀਕਲ ਪਾਰਕ ਦਾਰਦਲਿੰਗ ਦਾਰਦਲਿੰਗ ਦੀ ਸਭ ਤੋਂ ਮਸ਼ਹੂਰ ਤੁਹਾਨੂੰ ਪਤਾ ਕਿ ਇਹ ਚਾਹ ਵਾਲੀ ਮਸ਼ਹੂਰ ਹੈ ਦਾਰਦਲਿੰਗ ਦੀ ਜਿਹੜੀ ਪੀ ਕੇ ਤੁਹਾਡੇ ਅੱਖਾਂ ਖੁੱਲ ਜਾਂਦੀਆਂ ਠੀਕ ਹੈ। ਇਸ ਤੋਂ ਬਾਅਦ ਅਗਲਾ ਆ ਗਿਆ ਜੇ ਆਪਣੇ ਕੋਲ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਬੀਤੇ ਦੇਖੋ ਇਹ ਦੇਖੋ ਉਹ ਪਹਿਲਾ ਪ੍ਰਸ਼ਨ ਆ ਗਿਆ ਅਪੁਆਇੰਟਮੈਂਟਾਂ ਨਾਲ ਆਹ ਦੂਸਰਾ ਆ ਗਿਆ ਆਹ ਹੁਣ ਆ ਗਿਆ ਆਪਣਾ ਖੇਡ ਦਾ ਲੈਟਰ ਹੁਣ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਪ੍ਰੈਸ਼ਨ ਕੀ ਪੁੱਛਣਾ ਹੈ ਦੇਖੋ ਪ੍ਰੈਸ਼ਨ ਤੁਸੀਂ ਪੁੱਛ ਸਕਦੇ ਆ ਕਹਿੰਦੇ ਜਿਹੜਾ ਇਹ ਕੈਪਟਨ ਨਰੇਸ਼ ਕੁਮਾਰ ਹੈ ਇਹਦੀ ਡੈਥ ਹੋ ਗਈ ਹੁਣੇ ਹੈਨਾ ਇਹਦਾ ਸਬੰਧ ਕਿਹੜੀ ਖੇਡ ਨਾਲ ਹੈ ਆਏ ਪੁੱਛ ਸਕਦੇ ਆ ਪਰ ਇਹਨੇ ਕੀ ਪੁੱਛਿਆ ਕਿ ਜਿਹੜਾ ਇਹ ਹੈਗਾ ਡੈਵਸ ਕੱਪ ਦੇ ਸਾਬਕਾ ਕਪਤਾਨ ਰਹੇ ਨਰੇਸ਼ ਕੁਮਾਰ ਜਿਨ੍ਹਾਂ ਦੇ ਹहांत ਹੋ ਗਿਆ ਡੈਵਸ ਕੱਪ ਕਿਸ ਖੇਡ ਨਾਲ ਸਬੰਧਤ ਹੈਗਾ ਇਹ ਪੁੱਛ ਰਹੇ ਹੈ ਸੋ ਸਾਰੇ ਨੂੰ ਪਤਾ ਇਹ ਹੈਗਾ ਰਾਜੇ ਟੈਨਸ ਨਾਲ ਉਸ ਨੂੰ ਮੈਂ ਦੱਸਦਾ ਟਰਿਕ ਯਾਦ ਕਰ ਲਿਓ ਕੀ ਹੈ ਡੈਵਸ ਦੇ ਮਗਰ ਵੀ ਆਈਐਸ ਆਉਂਦਾ ਤੇ ਟੈਨਸ ਦੇ ਮਗਰ ਵੀ ਆਈਐਸ ਆਉਂਦਾ ਟਰਿਕ ਨਾਲ ਯਾਦ ਕਰ ਲਿਓ ਡੈਨਸ ਡੈਵਸ ਟੈਨਿਸ ਠੀਕ ਹੈ ਹੁਣ ਇੱਕ ਬੀਸੀ ਨੇ ਇਹ ਪੁੱਛਿਆ ਜਾ ਸਕਦਾਗਾ ਕਿ ਡੈਵਸ ਕੱਪ ਕਿਹੜੀ ਖੇਡ ਨਾਲ ਰਿਲੇਟਡ ਹੈ ਟੈਨਸ ਨਾਲ ਦੂਜਿਆ ਤੋਂ ਪੁੱਛਣਗੇ ਨਰੇਸ਼ ਕੁਮਾਰ ਦਾ ਸਬੰਧ ਕਿਹੜੀ ਖੇਡ ਨਾਲ ਹੈ ਟੈਨਸ ਨਾਲ ਦੇਖੋ ਹਾਈਬ੍ਰਿਡੇਸ਼ਨ ਬਣਨਗੇ ਜੇ ਬਣੇ ਤਾਂ ਠੀਕ ਹੈ ਚਲੋ ਅੱਗੇ ਆਪਰੇਸ਼ਨ ਵੀ ਪ੍ਰੋਡਕਟ ਬੈਂਕ ਕਲਪ੍ਰੀਸ਼ਾ ਦੇ ਕਿਮੇਲਾ ਫੋਰੈਸਟ ਕਾਰਡ ਦੇ ਵਿੱਚ ਠੀਕ ਹੈ ਕਹਿੰਦੇ ਇਨ ਦਾ ਸਪਟੰਬਰ 2022 ਸਪਟੰਬਰ ਦੇ ਦੀ ਗੱਲ ਕਰਦੇ ਕਹਿੰਦੇ ਆਪਾਂ ਨਵੰਬਰ ਅਕਤੂਬਰ ਤੱਕ ਕਿਹੀਂ ਜਾਵਾਂਗੇ ਅੱਗੇ ਇਸ ਦੋ ਵਾਰ ਸਪਟੰਬਰ ਉਹ ਅਕਤੂਬਰ ਦੇ ਹਫਤੇ ਹਫਤੇ ਦੇ ਫਿਰ ਨਵੰਬਰ ਦੇ ਫਿਰ ਦਸੰਬਰ ਚ ਪਹੁੰਚ ਜਾਗੇ ਆਪਾਂ ਉਸ ਨੂੰ ਪੇਪਰ ਨਹੀਂ ਹੁੰਦਾ ਇਹ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਮੇੜ ਦਾਂਗੇ 20 15 10 ਦੇ ਨਾਲ ਦੇ ਵਿੱਚ ਵਿੱਚ ਆਵਨਾ ਫੋਲੋਇੰਗ ਬੈਂਕ ਹੈਜ ਪਾਰਟਨਰ ਵਿਦ ਵਟਸਐਪ ਟੂ ਐਨੇਬਲ ਫਾਸਟ ਟੈਗ ਰੀਚਾਰਜ ਥਰੂ ਪੇਮੈਂਟ ਔਨ ਵਟਸਐਪ ਠੀਕ ਹੈ ਤੁਸੀਂ ਫਾਸਟ ਟੈਗ ਰਾਈ ਸੁਣਿਆ ਹੋਊਗਾ ਠੀਕ ਹੈ ਕਹਿੰਦੇ WhatsApp ਤੇ ਭੁਗਤਾਨਾਂ ਨੇ ਆਪਾਂ WhatsApp ਤੋਂ ਵੀ ਹੁਣ ਪੇਮੈਂਟ ਕਰ ਸਕਦੇ ਹਾਂ ਜੀ ਫਾਸਟ ਏਗ ਦੀ ਠੀਕ ਹੈ WhatsApp ਤੋਂ ਹੀ ਹੁਣ ਆਪਾਂ ਫਾਸਟ ਏਗ ਦੀ ਕੀ ਕਰ ਸਕਦੇ ਪੇਮੈਂਟ ਕਰ ਸਕਦੇ ਹਾਂ WhatsApp ਦੇ ਭੁਗਤਾਨ ਨਹੀਂ ਫਾਸਟ ਏਗ ਰਚਾਰਜ ਨੂੰ ਸਮਰਥਨ ਬਣਾਉਣ ਲਈ ਇਹ ਲਿਖਿਆ ਬੈਂਕਾਂ ਵਿੱਚ ਕਿਸ ਬੈਂਕ ਨੇ WhatsApp ਨਾਲ ਪਾਰਟਨਰਸ਼ਿਪ ਕਰ ਲਈ ਸਮਝੌਤਾ ਕਰ ਲਿਆ ਇਹ ਕਿਹਨੇ ਕੀਤਾ ਰਾਜੇ ਇਹ ਕੀਤਾਗਾ IDFC ਨੇ IDFC ਨੇ ਕੀਤਾ ਵੈਰੀ 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 ਇੰਪੋਰਟੈਂਟ ਇਨਫੋਰਮੇਸ਼ਨ ਆ ਰਾਜੇ ਹੁਣ ਪੇਮੈਂਟ ਕਟਵਾਉਣ ਵਾਸਤੇ ਕਹਿੰਦੇ ਸਾਡੇ ਤੁਸੀਂ ਨਾਲ ਸਮਝੌਤਾ ਕਰ ਲਓ ਅਸੀਂ ਪੇਮੈਂਟ ਕਟਵਾ ਲਿਆ ਕਰਾਂਗੇ ਤੁਹਾਡੇ ਦੇਖੋ ਇਹਦੇ ਵਿੱਚ ਆ ਕੁਝ ਨਹੀਂ ਯਾਦ ਕਰਨੀਆਂ ਚੀਜ਼ਾਂ ਕੁਝ ਨਹੀਂ ਯਾਦ ਕਰਨਾ ਤੁਸੀਂ ਕਿਹੜਾ ਦੇਖਣਾ ਵਾਰਡ ਪੇਸ਼ੈਂਟ ਸੇਫਟੀ ਦੇ ਪੇਸ਼ੈਂਟ ਸੇਫਟੀ ਦੇ ਠੀਕ ਹੈ ਕਿਹੜਾ ਦੇ ਪੇਸ਼ੈਂਟ ਸੇਫਟੀ ਦੇ ਇਹ ਮਨਾਇਆ ਜਾਂਦਾ 17 ਸਤੰਬਰ ਨੂੰ ਇਹ ਤੁਸੀਂ ਕਿਵੇਂ ਯਾਦ ਰੱਖਣਾ ਜਦੋਂ ਆਪਾਂ ਦਾ ਕੋਈ ਪੇਸ਼ੈਂਟ ਕਿਤੇ ਬਿਮਾਰ ਹੁੰਦਾ ਆਪਾਂ ਕਹਿੰਦੇ ਆ ਕਿ ਬਾਬਾ ਤੇਰੇ ਸੱਤ ਵਾਰੀ ਮੱਥਾ ਟੇਕ ਕੇ ਜਾਵਾਂਗੇ ਠੀਕ ਹੈ ਤੇ ਸੱਤ ਵਾਰੀ ਅਸੀਂ ਜੋਤ ਲਾ ਕੇ ਜਾਵਾਂਗੇ ਜਿਵੇਂ ਮਰਜ਼ੀ ਤੁਸੀਂ ਸੱਤ ਵਾਰੀ ਨਾਲ ਆਪਦਾ ਯੀ ਨੋਟ ਕਰ ਸਕਦੇ 72 ਇਹ ਯਾਦ ਕਰ ਲਓ ਟ੍ਰਿਕਾਂ ਦਾ ਯਾਦ ਹੋਣਗੇ ਰਾਜੇ ਸਿੱਧੇ ਮੈਨੂੰ ਪਤਾ ਹੈਗਾ ਭੁੱਲ ਜਾਓਗੇ ਤੁਸੀਂ ਠੀਕ ਹੈ ਐ ਆਹਦੀ ਟ੍ਰਿਕ ਆਪ ਨਾਲ ਹੈ ਕੋਈ ਜ਼ਰੂਰੀ ਨਹੀਂ ਮੇਰੇ ਟ੍ਰਿਕ ਤੇ ਚੱਲਣਾਗਾ ਠੀਕ ਹੈ ਇਸ ਤੋਂ ਬਾਅਦ ਅਗਲਾ ਪ੍ਰੈਸ਼ਰ ਹੁਣ ਇਹ ਚ ਕੀ ਮੰਗਦਾ ਹੈ ਇਹ ਤੁਸੀਂ ਦੇਖੋ ਕਦੇ ਵੀ ਪ੍ਰੈਸ਼ਰ ਨੂੰ ਸਾਰਾ ਡਿਟੇਲ ਦੇ ਵਿੱਚ ਪੜੋ ਇੱਕ ਵਾਰੀ ਜ਼ਰੂਰ ਪਰ ਐਨਾ ਹਾ ਵੀ ਹੁੰਦੂ ਕਿ ਐਡਾ ਵੱਡਾ ਪ੍ਰੈਸ਼ਰ ਕਿਵੇਂ ਕਰਨਗੇ ਜੇ ਕੁਝ ਨਹੀਂ ਹੁੰਦਾ ਇਹ ਸਰਕ ਇਹ ਪੁੱਛਿਆ ਕਿ ਟ੍ਰੇਟਮਾ ਰੈਂਕ ਹੈ ਜਿਹੜਾ ਉਹ ਕਿਹੜੀ ਬੈਂਕ ਨੇ ਪ੍ਰਾਪਤ ਕੀਤਾ ਕਾਦੇ ਵਿੱਚ ਬੈਸਟ ਵਰਕਪਲੇਸ ਇਨ ਏਸ਼ੀਆ 2022 and b com only banking in india to be listed by great place to work ਇਹ ਕਹਿੰਦੇ ਆਪਣੀ ਇੰਡੀਆ ਦੀ ਇੱਕ ਬੈਂਕ ਹੈਗੀ ਠੀਕ ਹੈ ਕੀ ਕਹਿੰਦੇ ਆ ਦੇਖੋ ਆਪਣੀ ਇੰਡੀਆ ਦੀ ਇੱਕ ਬੈਂਕ ਹੈ ਜਿਹਨੇ 36ਵਾਂ ਸਥਾਨ ਹਾਸਲ ਕੀਤਾ ਰ ਜੀ 36ਵਾਂ ਸਥਾਨ ਹਾਸਲ ਕੀਤਾ ਕਾਦੇ ਵਿੱਚ ਹਾਸਲ ਕੀਤਾ बेस्ट ਵਰਕਪਲੇਸ ਇਨ ਏਸ਼ੀਆ 2022 ਦੀਆਂ ਬੈਂਕਾਂ ਦੇ ਵਿੱਚ ਇਹ ਇੰਡੀਆ ਦੀ ਆਪਣੀ ਪਹਿਲੀ ਹੀ ਬੈਂਕ ਹੈ ਹਜੇ ਤੱਕ ਜਿਹੜੀ ਚੀਜ਼ ਦੇ ਵਿੱਚ ਆਈ ਹੈ ਤੇ ਉਹ ਪਹਿਲੀ ਬੈਂਕ ਕਿਹੜੀ ਹੈ ਦੱਸੋ ਹੈਗਾ ਤੁਹਾਡਾ ਕਿਸ ਦਾ ਖਾਤਾ ਹੁੰਦਾ ਬੈਂਕ ਦੇ ਵਿੱਚ ਇਹਦਾ ਨਾਂ ਵੀ ਅਲੱਗ ਹੈ ਫੈਡਰਲ ਬੈਂਕ ਕਿਹੜੀ ਬੈਂਕ ਹੈ ਜੀ ਫੈਡਰਲ ਬੈਂਕ ਟੂ ਵੈਰੀ 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 ਇੰਪੋਰਟੈਂਟ ਠੀਕ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਇਸ ਦਵਾਰ ਕਹਿੰਦੇ ਪੀਈਐਸਬੀ ਪਬਲਿਕ ਇੰਟਰਪ੍ਰਾਈਜ਼ਸ ਸਿਲੈਕਸ਼ਨ ਬੋਰਡ ਹੈ ਸਿਲੈਕਟਡ ਹੂ ਅਮੰਗ ਦਾ ਫਾਲੋਇੰਗ ਦਾ ਨੈਕਸਟ ਐਮਡੀ ਫਰੋਮ ਐਨਐਲਐਸਸੀ ਇੰਡੀਆ ਲਿਮਟਿਡ ਠੀਕ ਹੈ ਕਹਿੰਦੇ ਜਿਹੜਾ 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 ਆ ਹੈਗਾ ਪੀਈਐਸਬੀ ਹੈ ਨੇ ਐਨਐਲਐਸਸੀ ਇੰਡੀਆ ਲਿਮਟਿਡ ਦੇ ਇਹਨਾਂ ਨੇ ਲਾਉਣਾ ਹੁੰਦਾ ਰਾਜੇ ਇਹਨਾਂ ਦਾ ਐਮ ਡੀ ਠੀਕ ਹੈ ਮੈਨੇਜਿੰਗ ਡਾਇਰੈਕਟਰ ਕਿਹਨੂੰ ਲਾਉ ਤੂੰ ਸਿਰਫ ਇਹਨਾਂ ਬੰਨ ਨਾ ਐਨ ਐਲ ਸੀ ਇੰਡੀਆ ਲਿਮਟਿਡ ਦਾ ਕੀ ਲਾਤਾ ਐਮ ਡੀ ਕਿਨੂੰ ਲਾਤਾ ਬਾਸ ਸਿਰਫ ਇਹਨਾਂ ਅਪਲੇਸ਼ਨ ਪੁੱਛਿਆ ਜਾਊਗਾ ਹੋਰ ਕੁਝ ਨਹੀਂ ਇਹ ਲਾਤਾ ਇਹਨਾਂ ਨੇ ਪ੍ਰਾਸਨਾ ਕੁਮਾਰ ਮੋਥੂਪੱਲੀ ਠੀਕ ਹੈ ਇਸ ਤੋਂ ਬਾਅਦ ਅਗਲੇ ਦੇ ਚੱਲਦੇ ਆਪਾਂ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਵਿੱਚ ਆਫਰ ਆ ਫੋਲੋਇੰਗ ਸਟੇਟ ਦਾ ਫਸਟ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਇਹ ਪੁੱਲ ਕੀ ਵੀ ਸਕਿਪ ਨਹੀਂ ਕਰਨਾ ਵਿਚ ਆਫ ਦਾ ਫੋਲੋਇੰਗ ਹੈਜ਼ ਬੀਨ ਦਾ ਫਰਸਟ ਪੁਲਿਸ ਫੋਰਸ ਇਨ ਦਾ ਕੰਟਰੀ ਟੂ ਮੇਕ ਕਲੈਕਸ਼ਨ ਫੋਰ ਫੋਰੈਂਸਿਕ ਐਵੀਡੈਂਸ ਮੈਂਡੇਟਰੀ ਇਨ ਕ੍ਰਾਈਮ ਪਨਿਸ਼ੇਬਲ ਬਾਈ ਮੋਰ ਦੈਨ 6 ਈਅਰ ਹੁਣ ਦੇਖੋ ਕੀ ਕਹਿਣਾ ਚਾਹੁੰਦੇ ਆ ਇਹ ਆ ਤੁਸੀਂ ਫਿਲਮਾਂ ਦੇਖਦੇ ਹੋਗੇ ਉਹ ਤੁਸੀਂ ਆ ਸ਼ਬਦ ਬਹੁਤ ਸੁਣਿਆ ਹੋਗਾ ਫੋਰੈਂਸਿਕ ਮੈਨੂੰ ਕਹਿਣਾ ਨਹੀਂ ਹੁੰਦਾ ਮੇਰੀ ਅੰਗਰੇਜ਼ੀ ਥੋੜੀ ਕਮਜ਼ੋਰ ਹੈ ਠੀਕ ਹੈ ਬਾਹਰੀ ਜਿਆਦਾ ਕਮਜ਼ੋਰ ਹੈ ਇਹਨੂੰ ਵਿਟਾਮਿਨ ਡੀ ਦੀਆਂ ਮਲਟੀਪਲ ਆਪਣੇ ਗੋਲਗਾਂ ਵੀ ਖਵਾਈ ਦੀ ਅੰਗਰੇਜ਼ੀ ਨੂੰ ਮੇਰੀ ਨੂੰ ਪਰ ਮੇਰੀ ਅੰਗਰੇਜ਼ੀ ਬਹੁਤ ਕਮਜ਼ੋਰ ਹੈ ਮੈਂ ਅੰਗਰੇਜ਼ੀ ਤੋਂ ਬਦਲਾ ਲੈ ਰਿਹਾ ਕਿਉਂਕਿ ਅੰਗਰੇਜ਼ਾਂ ਨੇ ਆਪਣੇ ਭਾਰਤ 'ਤੇ ਰਾਜ ਕੀਤਾ ਸੀ ਤੇ ਮੈਂ ਅੰਗਰੇਜ਼ਾਂ ਤੋਂ ਅੰਗਰੇਜ਼ੀ ਦਾ ਗਲਤਫਲਤ ਬੋਲ ਕੇ ਬਦਲਾ ਲੈ ਰਿਹਾ ਠੀਕ ਹੈ ਫਰੈਂਸਿਕ ਰਿਪੋਰਟ ਤੁਹਾਨੂੰ ਮੈਨੂੰ ਵੱਧ ਅੰਗਰੇਜ਼ੀ ਉਹ ਨਹੀਂ ਬੋਲਣ ਦੇ ਵਿੱਚ ਭਾਈ ਸਾਹਿਬ ਠੀਕ ਹੈ ਇਹ ਕੀ ਹੁੰਦੀ ਹੈ ਜਿਹੜਾ ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਮੂਸੇ ਵਾਲਾ ਕਤਲकांड ਹੋਇਆ ਸੀ ਨਾ ਜਿਹੜੇ ਮੂਸੇ ਵਾਲੇ ਡੈਥ ਹੋਈ ਹੈ ਤਾਂ ਤੁਸੀਂ ਦੇਖਿਆ ਹੋਊਗਾ ਇਸ ਤੋਂ ਬਾਅਦ ਇੱਕ ਪੁਲਿਸ ਜੀ ਵਾਲੇ ਆਏ ਸੀ ਉਹਨਾਂ ਕੋਈ ਟੇਚੀ ਜਾਂ ਚੱਕਿਆ ਹੋ ਬੁਰਛੀਆ ਮਾਰ-ਮਾਰ ਕੇ ਉਂਗਲਾਂ ਦੇ ਨਿਸ਼ਾਨ ਲੈਂਦੇ ਸੀ ਕਿਤੇ ਕਿਸੇ ਦਾ ਸਾਨੂੰ ਡਿਬਾਲ ਮਿਲ ਜੇ ਸਰਦਾ ਬਾਲ ਮਿਲ ਜੇ ਕਿਸੇ ਦਾ ਕਿਤੇ ਸਾਨੂੰ ਨਿਸ਼ਾਨ ਮਿਲ ਜੇ ਕੋਈ ਸਬ ਚੀਜ਼ ਮਿਲ ਜੇ ਉਹ ਜਿਹੜੇ ਨੇ ਨਿੱਕੇ-ਨਿੱਕੇ ਨੇ ਕੱਢੇ ਨੇ ਕਿਸੇ ਦੇ ਹੱਥਾਂ ਦੇ ਨਿਸ਼ਾਨ ਕਿਸੇ ਦੇ ਨੋਹਾਂ ਦੇ ਨਿਸ਼ਾਨ ਕਿਸੇ ਦੇ ਬਾਲਾਂ ਦਾ ਨਿਸ਼ਾਨ ਠੀਕ ਹੈ ਕਿਸੇ ਦੇ ਪੈਰਾਂ ਦੇ ਨਿਸ਼ਾਨ ਉਹ ਸਾਰੇ ਇੱਕ ਫੋਰੈਂਸਿਕ ਰਿਪੋਰਟ ਦੇ ਵਿੱਚ ਆ ਜਾਂਦੇ ਆ ਠੀਕ ਹੈ ਹੁਣ ਇਹ ਆਪਣੀ ਕਿਹੜਾ ਦੇਸ਼ ਦਾ ਕਿਹੜਾ ਦੇਸ਼ ਆ ਉਹ ਦੇਸ਼ ਦਾ ਆਪਣਾ ਵਿਦੇਸ਼ ਦੀ ਗੱਲ ਕਰਦੇ ਆ ਦੇਸ਼ ਦੇ ਵਿੱਚ ਪਹਿਲਾ ਪੁਲਿਸ ਵਾਲ ਬਣ ਗਿਆ ਆਪਣੇ ਦੇਸ਼ ਦੇ ਵਿੱਚ ਉਹ ਠੀਕ ਹੈ ਉਹ ਕਹਿੰਦੇ ਜੇ ਮੰਨ ਲਓ ਕੋਈ ਮਰੀਜ਼ ਨੇ ਕੋਈ ਕ੍ਰਾਈਮ ਕਰਤਾ ਆਪਾਂ ਨੂੰ ਪਤਾ ਹੈ ਕਿ ਜਿਹੜੀ ਉਹ ਮਰੀਜ਼ ਹੈ ਜਿਹੜਾ ਜਨ ਮਰੀਜ਼ ਨਹੀਂ ਸੌਰੀ ਜਿਹੜਾ ਉਹ ਕੀ ਹੈਗਾ ਮੁਰਜਰਮ ਹੈ ਮੁਰਜਰਮ ਹੈਗਾ ਠੀਕ ਹੈ ਉਹਨੂੰ ਜੇ ਪਤਾ ਲੱਗਦਾ ਕਿ ਉਹ ਕੇਸ ਦੇ ਵਿੱਚ ਉਹ 6 ਸਾਲ ਜਾਂ 6 ਸਾਲ ਤੋਂ ਵੱਧ ਦੀ ਸਜ਼ਾ ਆਪ ਨੂੰ ਲੱਗਦਾ ਕਿ ਹੋ ਸਕਦੀ ਹੈ ਤਾਂ ਉਹਦੇ ਨਾਲ ਡਿਪਾਰਟਮੈਂਟ ਦਾ ਫਰਜ਼ ਬਣਦਾ ਹੈਗਾ ਕਿ ਫਰੈਂਸਿਕ ਰਿਪੋਰਟਾਂ ਵੀ ਨਾਲ ਪੇਸ਼ ਕਰੇਗੀ ਭਾਈ ਡੀਐਨਏ ਵੀ ਇਹਦਾ ਮੈਚ ਹੋਇਆਗਾ ਉਂਗਲਾਂ ਦੇ ਨਿਸ਼ਾਨ ਵੀ ਇਹਦੇ ਮੈਚ ਹੋਇਆ ਹੈ ਫਲ ਨਾ ਵੀ ਹੁਣ ਆਪਣੇ ਪੰਜਾਬ ਪੁਲਿਸ ਵਾਲਾ ਕੰਮ ਤਾਂ ਹੈ ਨਹੀਂ ਪੰਜਾਬ ਪੁਲਿਸ ਵਾਲੇ ਦੇ ਵਿੱਚ ਜਿਦੋਂ ਕਿ ਪੰਜਾਬ ਪੁਲਿਸ ਦੇ ਵਿੱਚ ਕੀ ਹੁੰਦਾ ਹੈ ਕਹਿੰਦੇ ਜਦੋਂ ਕੋਈ ਬੰਦਾ ਚੋਰੀ ਕਰਨ ਵਾਗ ਚੋਰੀ ਕਾ ਹੋ ਜਾਂਦੀ ਕਿਸੇ ਦੇ ਘਰੇ ਪੁਲਿਸ ਜਾਗਲਾ ਜਾਂਦਾ ਸਬਜ਼ੀ ਚੋਰੀ ਹੋ ਗਈ ਸਾਬ ਜੀ ਦੱਸੋ ਤੁਹਾਨੂੰ ਪਤਾ ਕਿ ਚੋਰੀ ਕਿਹਨੇ ਕੀਤੀ ਹੈ ਉਹ ਬੰਦੇ ਨੂੰ ਸਭ ਕੋ ਪੁੱਛੀ ਜਾਂਦੇ ਨੇ ਕਿ ਚੋਰੀ ਕਿਹਨੇ ਕੀਤੀ ਹੈ ਠੀਕ ਹੈ ਉਹਦੇ ਦੀ ਗੱਲ ਕਹਿੰਦੇ ਇੱਕ ਬੰਦਾ ਸੂਏ ਜਨਾਈ ਜਾਂਦਾ ਸੀ ਠੀਕ ਹੈ ਕਹਿੰਦੇ ਬੰਦਾ ਸੂਏ ਜਨਾਈ ਜਾਂਦਾ ਸੀ ਪੁਲਿਸ ਵਾਲੇ ਕਹਿੰਦੇ ਬਾਹਰ ਆ ਓਏ ਕਹਿੰਦਾ ਕਿਉਂ ਜਨਾਬ ਕਹਿੰਦਾ ਬਾਹਰ ਆ ਕੱਪੜੇ ਪਾ ਤੇ ਤਲਾਸ਼ੀ ਲੈਣੀ ਹੈ ਕਹਿੰਦੇ ਠੀਕ ਹੈ ਤਾਂ ਉਹ ਕੰਮ ਨਹੀਂ ਚੱਲਦਾ ਇੱਥੇ ਫਰਾਂਸਿਕ ਰਿਪੋਰਟਾਂ ਦੇ ਵਿੱਚ ਪੇ ਦੇਸ਼ ਦਾ ਪਹਿਲਾ ਦੇਸ਼ ਬਣ ਗਿਆ ਭਾਈ ਸਾਹਿਬ ਕਿਹੜਾ ਬਣ ਗਿਆ ਦੱਸੋ ਇਹ ਬਣ ਗਿਆ ਆਪਣਾ ਨਿਊ ਦਿੱਲੀ ਠੀਕ ਹੈ ਬਹੁਤ ਵਧੀਆ ਚੀਜ਼ ਆ ਇਹ ਇਹਨਾਂ ਬੰਦਾ ਕੋਈ ਬੇਕਸੂਰ ਨਹੀਂ ਫਸ ਸਕਦਾ ਠੀਕ ਹੈ ਆਪ ਰਿਸ਼ੀ ਜਾਰ ਕਰ ਸਕਦੇ ਹੋ ਠੀਕ ਹੈ ਸੈਕੰਡ ਟਾਈਮ ਪ੍ਰੈਜ਼ੀਡੈਂਟ ਬਣ ਗਏ ਇਹ ਕੌਣ ਜੋ ਜੋ ਕਿੱਥੋਂ ਦੇ ਬਣ ਗਏ ਅੰਗੋਲਾ ਦੇ ਬਸ ਡਾਇਰੈਕਟਿਵ ਜਾਰ ਕਰ ਲਓ ਬੜੀ ਡੀਪਲੀ ਜਾਣ ਦੀ ਲੋੜ ਨਹੀਂ ਹੁਵ ਮੰਗਦਾ ਫੋਲੋਇੰਗ ਹੈ ਜੀ ਲਾਂਚਡ ਕਟਰੀਵਾਇਡ ਬੈਂਕਾ ਡਰਾਈਵ ਰક્તਦਾਨ ਅੰਮ੍ਰਿਤ ਮਹਾਉਤਸਵ ਕੁਛ ਨਹੀਂ ਪੜਨੋ ਕੁਛ ਵੀ ਬਸ ਕਲਾ ਦੇਖਣਾਗਾ ਜਿਹੜੀ ਆ ਸਕੀਮ ਚਲਾਈ ਹੈ ਰਾਜੇ ਲਾਂਚ ਕੀ ਨਹੀਂ ਕੀਤੀ ਹੈ ਰક્તਦਾਨ ਅੰਮ੍ਰਿਤ ਮਹਾਉਤਸਵ ਕਿਨੇ ਲਈ ਲਾਂਚ ਕੀਤੀ ਹੈ ਸਕੀਮ ਬਸ ਇਹੀ ਯਾਦ ਕਰਨਾ ਕਿਨੇ ਲਾਂਚ ਕੀਤੀ ਹੈ ਇਹ ਦੱਸੋ ਡੀ ਨੰਬਰ ਆਪਸ਼ਨ ਮਨੁਸ਼ਕ ਮਾਦਲਵੀਆ ਠੀਕ ਹੈ ਰક્તਦਾਨ ਤੁਸੀਂ ਯਾਦ ਕਰੋ ਰક્ત ਦੇ ਕੇ ਕਿਸ ਨੂੰ ਆਪਣੇ ਦਿਲ ਦੇ ਬਿਮਨ ਦੇ ਵਿੱਚ ਸੁੱਖ ਪੈਦਾ ਹੋ ਜਾਂਦਾ ਠੀਕ ਹੈ ਇਹ ਦੁਬਾਰਾ ਕਿਉਂ ਨਹੀਂ ਤੋਂ 20 ਸਤੰਬਰ ਦੀ ਗੱਲ ਆ ਗਈ ਚੱਲੋ ਚੱਲਦੇ ਆ ਵਿੱਚ ਪੈਰਾ ਮਿਲਟਰੀ ਫੋਰਸ ਠੀਕ ਹੈ ਫਰਸਟ ਫੀਮੇਲ ਕੈਮਲ ਰਾਈਡਿੰਗ ਬਹੁਤ ਜਿਆਦਾ ਇੰਪੋਰਟੈਂਟ ਆ ਬਹੁਤ ਜਿਆਦਾ ਰਾਈਡਿੰਗ ਸਕਾਡ ਇਸ ਬੀਇੰਗ ਡਿਪਲੋਏ ਅਲੋਂਗ ਦਾ ਇੰਡੀਆ ਪਾਕ ਬਾਰਡਰ ਕਿਹੜੇ ਅਰਧ ਸੈਨਿਕ ਬਲ ਦੀ ਪਹਿਲੀ ਮਹਿਲਾ ਉੱਠ ਸਵਾਰੀ ਦੇ ਦਸਤੇ ਨੂੰ ਭਾਰਤ ਪਾਕਿਸਤਾਨ ਸਰਹੱਦ ਦੇ ਤਾਇਨਾਤ ਕੀਤਾ ਜਾ ਰਿਹਾ ਪਹਿਲੀ ਵਾਰ ਹੋ ਰਿਹਾ ਹੈ राजे ਕਿ ਔਰਤਾਂ ਉੱਠ ਦੇ ਉੱਪਰ ਸਰਹੱਦ ਦੀ ਰਾਖੀ ਕਰਨਗੀਆਂ ਭਾਰਤ ਪਾਕਿਸਤਾਨ ਬਾਰਡਰ ਦੇ ਉੱਪਰ ਔਰਤਾਂ ਠੀਕ ਹੈ ਉੱਠ ਤੇ ਬਹਿ ਕੇ ਤਾਂ ਕਿਹੜੀ ਫੌਜ ਨੇ ਰਾਜ ਇਹ ਚੀਜ਼ ਲਾਗੂ ਕੀਤੀ ਹੈ ਦੱਸੋ ਬੀਐਸਐਫ ਬਾਉਂਡਰ ਸਕਿਉਰਿਟੀ ਫੋਰਸ ਠੀਕ ਹੈ ਤਾਂ ਹੋਰ ਵੀ ਆਪਸ਼ਨ ਹੈ ਤੁਹਾਡੇ ਸਾਹਮਣੇ ਬਹੁਤ ਦੱਸੋ ਭਾਈ ਸਾਹਿਬ ਕਿਹੜਾ ਤੁਹਾਨੂੰ ਲੱਗਦਾ ਕਿ ਸਹੀ ਆ ਸਕਦਾ ਇਹਦੇ ਵਿੱਚੋਂ ਸੀਆਈਐਸਐਫ ਅਸਾਮ ਰਾਇਸਲ ਦੱਸੋ ਬੀਐਸਐਫ ਹੈ ਜਿਹੜਾ ਆਨਸਰ ਠੀਕ ਹੈ ਬੀਐਸ ਬਾਉਂਡਰ ਸਕਿਉਰਿਟੀ ਫੋਰਸ ਠੀਕ ਹੈ ਇਹਦੇ ਤੁਸੀਂ ਨਾਲ ਆਪਣੇ ਆਪ ਵੀ ਸਰਚ ਕਰ ਲਿਆ ਕਰੋ ਬੀਐਸਐਫ ਦਾ ਕੌਣ ਚੱਲ ਰਿਹਾ ਹੈ ਇਸ ਟਾਈਮ ਤੇ ਠੀਕ ਹੈ ਇਸ ਤੋਂ ਬਾਅਦ ਆਗਿਆ ਮੇਰਾ ਥੋੜੀ ਜਿਹੀ ਵੀਡੀਓ ਤਾਂ ਲੈਣਾ ਹੁੰਦਾ ਫਿਰ ਲੈਣਾ ਤੁਹਾਨੂੰ ਆਨਸਰ ਸ਼ੋ ਹੋ ਜਾਂਦਾ ਅ ਬਸ ਇਹ ਚ ਕੁਝ ਨਹੀਂ ਯਾਦ ਕਰਨਾ ਇਹ ਤੁਸੀਂ ਦੱਸੜਪੇ ਕਰਨਾ ਕਿ ਆਰਾਮਕ੍ਰਿਸ਼ਨ ਮਿਸ਼ਨ ਚਲਾਇਆ ਗਿਆਗਾ ਜਿਹਦਾ ਨਾਮ ਹੈਗਾਗਾ ਅਵੇਕਨਿੰਗ ਪ੍ਰੋਗਰਾਮ ਠੀਕ ਹੈ ਇਹ ਸਟੂਡੈਂਟਾਂ ਵਾਸਤੇ ਚਲਾ ਰਿਹਾ ਕਲਾਸ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਠੀਕ ਹੈ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਆਰਾਮਕ੍ਰਿਸ਼ਨ ਮਿਸ਼ਨ ਦੇ ਵਿੱਚ ਜਾਗਰਣ ਪ੍ਰੋਗਰਾਮ ਹੋਇਆਗਾ ਠੀਕ ਹੈ ਇਹਦਾ ਘਟਨ ਕਿਸੇ ਨੇ ਕੀਤਾ ਬਸ ਸਿਰਫ ਇਹ ਹੈ ਬਨ ਲਾਈਨਰ ਪ੍ਰੋਜੈਕਟ ਹੈ ਜਿਆਦਾ ਡੀਪਲੀ ਜਾਣ ਦੀ ਲੋੜ ਨਹੀਂ ਤਰਵਿੰਦਰ ਪ੍ਰਧਾਨ ਨੇ ਠੀਕ ਹੈ ਅ ਕਹਿੰਦੇ ਵਿੱਚੋਂ ਇਹਨਾਂ ਵਿੱਚੋਂ ਕਿਹੜੀ ਯੂਨੀਵਰਸਿਟੀ ਰਾਜੇ ਜੀ ਨੇ ਐਮਓਯੂ ਕੀਤਾ ਐਮਓਯੂ ਦਾ ਮਤਲਬ ਸਮਝਾਉਤਾ ਕੀਤਾ ਬਿੱਦਦਾ ਇੰਡੀਅਨ ਨੇਵੀ ਟੂ ਇਸਟੈਬਲਿਸ਼ ਅ ਲੌਂਗ ਟਰਮ ਸਿੰਬਾਇਓਟਿਕ ਰਿਲੇਸ਼ਨਸ਼ਿਪ ਫੋਰ ਅਕੈਡੈਮਿਕ ਕਾਰਪੋਰੇਸ਼ਨ ਇਹ ਲਿਖਿਆ ਵਿੱਚੋਂ ਕਿਸ ਯੂਨੀਵਰਸਿਟੀ ਨੇ ਅਕਾਦਮਿਕ ਸਹਿਯੋਗ ਦੇ ਲਈ ਲੰਬੇ ਸਮੇਂ ਦੇ ਸਹਿਜੀਵ ਸਬੰਧਨ ਨੂੰ ਸਥਾਪਿਤ ਕਰਨ ਲਈ ਭਾਰਤੀ ਜਲ ਸੈਨਾ ਨਾਲ ਇੱਕ ਐਮਓਯੂ ਸੌਣ ਕੀਤਾ ਜਲ ਸੈਨਾ ਨਾਲ ਕੀਤਾ ਰਾਜੇ ਜੀ ਜਲ ਸੈਨਾ ਨੂੰ ਅਲੱਗ-ਅਲੱਗ ਚੀਜ਼ਾਂ ਦੇ ਬੱਚੇ ਇਹ ਪ੍ਰੋਵਾਈਡ ਦੇ ਕਰਵਾਉਣ ਦੇ ਵਿੱਚ ਹੈਲਪ ਕਰਨਗੇ ਰਾਜੇ ਇਹ ਕੀਤਾ ਆਪਣੀ ਅਮੈਂਟੀ ਯੂਨੀਵਰਸਿਟੀ ਅਮੈਂਟੀ ਯੂਨੀਵਰਸਿਟੀ ਕਿੱਥੇ ਰਾਜੇ ਯੂਪੀ ਦੇ ਵਿੱਚ ਹੈ ਯੂਪੀ ਦੇ ਵਿੱਚ ਰਾਜੇ ਠੀਕ ਹੈ ਉਹਨਾਂ ਨੇ ਕੀਤਾ ਐਂ ਇਹ ਪੁੱਛ ਸਕਦਾ ਕਿੱਥੇ ਆ ਬਸ ਸਰਪਨ ਜਿੰਨਾ ਕਿਹਾ ਉਹਨੇ ਪੁੱਛਿਆ ਕਰਨਗੇ ਇਸ ਦੋ ਵਾਰ ਇਹਦੇ ਵਿੱਚ ਆ ਗਿਆ ਇਹ ਚ ਕੀ ਕਹਿ ਰਹੇ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜੇ ਕਹਿੰਦੇ ਕਿਹੜੀ ਸਟੇਟ ਗਵਰਨਮੈਂਟ ਹੈ ਜਿਹਨੇ ਡਿਸਾਈਡ ਕੀਤਾ ਕਹਿੰਦੇ ਆਪਾਂ ਜਿਹੜਾ ਉਹਦਾ ਨਿਊ ਨੇਮ ਰੱਖਣਾਗਾ ਕਹਿੰਦਾ ਸੈਕਟਰੀਏਟ ਕੰਪਲੈਕਸ ਆਫਟਰ ਦਾਦਾ ਸਾਹਿਬ ਬੀ ਆਰ ਅੰਬੇਦਕਰ ਬਾਬਾ ਸਾਹਿਬ ਬੀ ਆਰ ਅੰਬੇਦਕਰ ਠੀਕ ਹੈ ਕਿਸ ਰਾਜ ਸਰਕਾਰ ਨੇ ਨਵੇਂ ਇੱਕ ਉਹਨੇ ਸੈਕਟਰੀਏਟ ਬਣਾਇਆਗਾ ਤਾਂ ਨਾ ਬਾਬਾ ਸਾਹਿਬ ਬੀ ਆਰ ਮੇਰਕਰ ਦੇ ਨਾਮ ਤੇ ਰੱਖਣ ਦਾ ਫੈਸਲਾ ਕੀਤਾ ਉਹ ਕਹਿੰਦੇ ਸੀਦਾ ਨਾਮ ਸੈਕਟਰੀਏਟ ਦਾ ਨਾਮ ਜਿੱਥੇ ਕੈਪਟਨ ਸਾਹਿਬ ਵਰਗੇ ਹੁਣ ਭਗਵੰਤ ਮਾਨ ਵਰਗੇ ਵਹਿੰਦੇ ਆ ਉੱਥੋਂ ਦੀ ਗੱਲ ਕਰ ਰਹੇ ਸੈਕਟਰੀਏਟ ਬਣਾਇਆ ਉਹਨੇ ਨਵਾਂ ਸੈਕਟਰੀਏਟ ਬਣਾਇਆ ਆਪਣਾ ਉਹ ਕਹਿੰਦੇ ਸੀਦਾ ਨਾਮ ਭਾਈ ਬਾਬਾ ਸਾਹਿਬ ਬੀ ਆਰ ਮੇਰਕਰ ਦੇ ਨਾਮ ਤੇ ਰੱਖਾਂਗੇ ਇਹ ਕਿਹਨੇ ਰੱਖੇ ਰਾ ਜੇ ਇਹ ਗੱਲ ਕੀਤੀ ਹੈ ਤਲੰਗਣਾ ਨੇ ਠੀਕ ਹੈ ਇਸ ਤੋਂ ਬਾਅਦ ਅੱਗੇ ਆ ਗਿਆ ਭਾਈ ਤਲੰਗਣਾ ਦਾ ਹੁਣ ਤੁਸੀਂ ਦੇਖੋ ਹੁਣ ਥੋੜਾ ਕੰਮ ਕੀ ਆ ਹੁਣ ਤੁਸੀਂ ਆਪ ਹੀ ਕੰਮ ਅੰਧਰਾ ਦਾ ਸੀਐਮ ਗੁਜਰਾਤ ਦਾ ਸੀਐਮ ਤਾਮਿਲਨਾਡੂ ਦਾ ਸੀਐਮ ਮਹਾਰਾਸ਼ਟਰ ਦਾ ਸੀਐਮ ਇਹਨਾਂ ਸਾਰੇ ਸੀਐਮ ਤੁਹਾਡੇ ਨਾਮ ਜਾਦ ਹੋਣੇ ਚਾਹੀਦੇ ਹੁਣੇ ਸਰਚ ਕਰ ਲਓ ਠੀਕ ਹੈ ਕਿਉਂਕਿ ਜੇ ਤੁਸੀਂ ਸਰਚ ਕਰੋਗੇ ਬਹੁਤ ਫਰਕ ਪੈਂਦਾ ਮਹਾਰਾਸ਼ਟਰ ਦੀ ਰਾਤਾ ਨਹੀਂ ਮੁੰਬਈ ਤਾਮਿਲਨਾਡੂ ਦੀ ਚਨਈ ਗੁਜਰਾਤ ਦੀ ਗਾਂਧੀਨਗਰ ਤੇਲੰਗਣਾ ਦੀ ਤੇ ਆਂਧਰਾ ਪ੍ਰਦੇਸ਼ ਦੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕੀ ਹੈ ਆਪਰੇਸ਼ਨ ਇੰਨਾ ਇੰਪੋਰਟੈਂਟ ਹੈ ਨਹੀਂ ਛੱਡ ਵੀ ਸਕਦੇ ਹੋ ਜੇ ਕਰਨਾ ਕਰ ਵੀ ਸਕਦੇ ਹੋ ਇਹ ਕਹਿੰਦੇ ਜਿਹੜਾ ਪਾਰਲੀਮੈਂਟ ਲ ਹੈਗਾ ਠੀਕ ਹੈ ਇਹਨੂੰ ਸੀਓ ਅਪਪਾਇੰਟ ਕਰਤਾ ਕਿਹੜੀ ਬੈਂਕ ਦਾ ਸੀਓ ਅਪਪਾਇੰਟ ਕੀਤਾਗਾ ਇਹਹੀ ਪ੍ਰੇਸ਼ਨ ਹੈਗਾ ਠੀਕ ਹੈ ਜੀ ਸੀਓ ਹੁੰਦਾ ਚੀਫ ਐਗਜ਼ੀਕਿਊਟਿਵ ਆਫੀਸਰ ਇਹ ਕਿੱਥੋਂ ਲਾਤਾ ਇਹਨਾਂ ਨੂੰ ਇਹ ਲਾਤਾਗਾ ਸੀਐਸਬੀ ਬੈਂਕ ਦਾ ਠੀਕ ਹੈ ਛੱਡਣਾ ਜੋੜਣਾ ਛੱਡ ਸਕਦੇ ਹੋ ਕਰਨਾ ਚਾਹੁੰਦੇ ਕਰ ਸਕਦੇ ਹੋ ਇਸ ਤੋਂ ਬਾਅਦ ਅਗਲਾ ਕਹਿੰਦੇ ਹੂ ਹੈਜ਼ ਬੀਨ ਇਲੈਕਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਆਟੋ ਇੰਡਸਟਰੀ ਬਾਡੀ ਸੋਸਾਇਟੀ ਇੰਡੀਅਨ ਆਟੋ ਮੋਬਾਈਲ ਮੈਨੂਫੈਕਚਰਿੰਗ 2022 ਕਹਿੰਦੇ ਇਹਦਾ ਨਵਾਂ ਪ੍ਰ ਆਟੋ ਇੰਡਸਟਰੀ ਪੂਰਾ ਆਟੋ ਇੰਡਸਟਰੀ ਯਾਦ ਕਰ ਲੋ ਕੱਲਾ ਬਸ ਜਿਆਦਾ ਡੀਪਲੀ ਜਾਣ ਦੀ ਲੋੜ ਨਹੀਂ ਆਟੋ ਇੰਡਸਟਰੀ ਕਿਹਨੂੰ ਲਾਤਾ ਇਹ ਲਾਤਾ ਬਿਨੋਦ ਅਗਰਵਾਲ ਨੂੰ ਆ ਬਹੁਤ ਜਿਆਦਾ ਇੰਪੋਰਟੈਂਟ ਆ ਬਹੁਤ ਜਿਆਦਾ ਇੰਪੋਰਟੈਂਟ ਆ ਇਹ ਬੁੱਕ ਲਾਂਚ ਕੀਤੀ ਹੈ ਰਾਜੇ ਅੰਬੇਦਕਰ ਐਂਡ ਮੋਦੀ ਕਿਲਾ ਨਾਮ ਮੂਰਲਾ ਯਾਦ ਕਰ ਲੋ ਪਿਛਲਾ ਨਾਮ ਸਾਰਾ ਨਾਮ ਯਾਦ ਨਾ ਰੱਖਿਆ ਕਰੋ ਰਾਜੇ ਕਿਉਂਕਿ ਬੁੱਕ ਦਾ ਨੇਮ ਨਹੀਂ ਬਦਲ ਸਕਦੇ ਹੁੰਦੇ ਕਿ ਜਿਹਨੂੰ ਭਲੇਖਾ ਦੇ ਕੇ ਹੋਰ ਪਾ ਦੇਣਗੇ ਇਹ ਉਦਘਾਟਨ ਕਿਹਨੇ ਕੀਤਾਗਾ ਇਹ ਉਦਘਾਟਨ ਕੀਤਾ ਭਾਈ ਸਾਹਿਬ ਕੈਮਰਾ ਪ੍ਰੀਸ਼ਨ ਦਾ ਸੱਤਵਾਂ ਇਹਦਾ ਰਾਮ ਸੀ ਨੰਬਰ ਆਪਸ਼ਨ ਹੈਗਾ ਰਾਮਨਾਥ ਕੋਵਿੰਦ ਠੀਕ ਹੈ ਰਾਮਰਾਜ ਕੋਬਿੰਦ ਆਪ ਇਸੇ ਬੰਨ ਲੈਣਾ ਸਿੱਧੀ ਜਾਣ ਕਰ ਸਕਦੇ ਹੋ ਇਕਵਲਡ ਇਕਵਲ ਪੇਡ ਹੈ ਕਿ ਸਾਰਿਆਂ ਨੂੰ ਇਕਵਲ ਪੇਮਲ ਨਹੀਂ ਚਾਹੀਦੀ ਹੈ ਠੀਕ ਹੈ 18 ਸਤੰਬਰ ਨੂੰ ਬੰਬੂ ਨੇ ਬੰਬੂ ਨੇ ਪਤਾ ਕੀ ਹੈਗਾ ਬੰਬੂ ਬਾਸ ਨੂੰ ਕਹਿੰਦੇ ਆ ਠੀਕ ਹੈ ਬਾਸ ਨੂੰ ਦੱਸਤਾ ਇੱਕ ਅਪੀਸ਼ਨ ਹੋਰ ਪੇਪਰ ਦੇ ਵਿੱਚ ਆਇਆ ਜਿਹੜਾ ਬਾਸ ਸੀ ਨਾ ਪਹਿਲਾਂ ਤਾਂ ਜਿਹਨੂੰ ਦਰਖਤਾਂ ਦੀ ਕੈਟਾਗਰੀ ਦੇ ਵਿੱਚ ਛੁਣਿਆ ਜਾਂਦਾ ਸੀ ਟ੍ਰੀ ਦੀ ਕੈਟਾਗਰੀ ਦੇ ਵਿੱਚ ਛੁਣਿਆ ਜਾਂਦਾ ਸੀ ਟ੍ਰੀ ਦੀ ਕੈਟਾਗਰੀ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਟ੍ਰੀ ਆ ਭਾਈ ਇੱਕ ਦਰਖਤ ਹੈ ਪਰ ਇਸ ਦੋਵਾਰ ਇੱਕ ਐਮੈਂਡਮੈਂਟ ਹੋਇਆ ਰਿਹਾ ਜੇ ਉਹ ਐਮੈਂਡਮੈਂਟ ਦੇ ਤਹਿਤ ਬੰਬੂ ਨੂੰ ਕੀ ਕ ਇਹ ਗਰਾਸ ਹੈ ਪ੍ਰਸ਼ਨ ਰੀਜ਼ਨਿੰਗ ਦੇ ਵਿੱਚ ਵੀ ਆਇਆ ਵਾ ਜੀਕੇ ਦੇ ਵਿੱਚ ਵੀ ਆਇਆ ਵਾ ਠੀਕ ਹੈ ਇਹ ਗਰਾਸ ਹੈ ਇੱਕ ਕਾਗਾ ਬੰਬੂ ਬਾਸ ਠੀਕ ਹੈ ਜਿਵੇਂ ਆਪਣੇ ਕਹਿੰਦੇ ਹਲਕ ਚ ਬਾਸ ਚੱਕ ਦੂ ਸੁਣੀ ਹੋਊਗਾ ਤੁਸੀਂ ਆ ਪਿੰਡਾਂ ਦੇ ਵਿੱਚ ਉਹ ਚੀਜ਼ ਹੈ ਠੀਕ ਹੈ ਚਲੋ ਕਹਿੰਦੇ ਇਸ ਤੋਂ ਬਾਅਦ ਨੈਸ਼ਨਲ ਪਾਰਕ ਆਵਾਜ਼ ਸਿਲੈਕਟਡ ਟੂ ਰੀਇੰਟਰੋਡਿਊਸ ਚੀਤਾ ਇਨ ਇੰਡੀਆ ਭਾਰਤ ਵਿੱਚ ਚੀਤਾ ਨੂੰ ਦੁਬਾਰਾ ਪੇਸ਼ ਕਰਨ ਲਈ ਹੇਠ ਲਿਖੇ ਰਾਸ਼ਟਰੀ ਪਾਰਕਾਂ ਵਿੱਚ ਕਿਸੇ ਤਰ੍ਹਾਂ ਹੁੰਦਾ ਕਹਿੰਦੇ ਦੁਬਾਰੇ ਫਿਰ ਚੀਤੇ ਲੈ ਕੇ ਆਉਣਗੇ ਜਿਹੜੇ ਮੋਦੀ ਸਾਹਿਬ ਚੀਤੇ ਲੈ ਕੇ ਆਉਣੇ ਰਾਖੀ ਤਾਂ ਕੁੱਤੇ ਕਰ ਰਹੇ ਆ ਠੀਕ ਹੈ ਤੇ ਇੱਕ ਕਿਹੜਾ ਕਰ ਇਹਨੇ ਚੀਤਾ ਦੁਬਾਰਾ ਪੇਸ਼ ਕਰਾਂਗੇ ਕਹਿੰਦੇ ਭਾਈ ਚੀਤੇ ਨੂੰ ਕਿਹੜਾ ਨੈਸ਼ਨਲ ਪਾਰਕ ਇਹਨਾਂ ਨੇ ਹੁ ਕੀਤਾਗਾ ਨੈਸ਼ਨਲ ਪਾਰਕ ਤੁਹਾਨੂੰ ਕਰਵਾਇਆ ਹੋਇਆ ਭਾਈ ਮੈਂ ਠੀਕ ਹੈ ਉਹ ਇੱਕ ਵਾਰੀ ਕਰ ਲਿਓ ਉਹਦੇ ਵਿੱਚ ਕੰਪਰੇਸ਼ਨ ਪੱਕਾ ਕੂਨੋ ਕੂਨੋ ਕਾਨਾ ਮੱਧ ਪ੍ਰਦੇਸ਼ ਵਾਲੇ ਇਹ ਸਾਰੇ ਬੰਦੀ ਕਰਨਾਟਕਾ ਦੇ ਵਿੱਚ ਕਾਜੀ ਰੰਗਾ ਸਾੰਮ ਦੇ ਵਿੱਚ ਕਰਵਾਇਆ ਹੋਇਆ ਸਾਰੇ ਠੀਕ ਹੈ ਸ਼ੰਗਾਈ ਕਾਰਪੋਰੇਸ਼ਨ ਸਬਮਿਟ ਠੀਕ ਹੈ 2022 ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਜੀ ਬਹੁਤ ਜ਼ਿਆਦਾ ਕਿੱਥੇ ਹੋਊਗਾ ਇਹ ਹੋਊਗੀ ਡੀ ਨੰਬਰ ਆਪਸ਼ਨ ਉਹ ਜਿਹੜੇ ਪਾਕਿਸਤਾਨ ਦੇ ਵਿੱਚ ਐਸੇ ਸੰਘਾਈ ਕਾਰਪੋਰੇਸ਼ਨ ਆਫ ਇੰਡੀਆ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਿਹੜੀ ਸੰਘਾਈ ਹੈਗੀ ਠੀਕ ਹੈ ਸੰਘਾਈ ਕਾਰਪੋਰੇਸ਼ਨ ਆਫ ਇੰਡੀਆ ਇਹਦਾ ਹੈੱਡ ਕੁਆਟਰ ਕਿੱਥੇ ਹੈ ਦੱਸੋ ਇੱਕ ਸੌ ਟ੍ਰੈਕ ਦੱਸੋ ਬਜਿੰਗ ਦੇ ਵਿੱਚ ਤੇ ਟ੍ਰੈਕ ਨਹੀਂ ਜ਼ਿਆਦਾ ਸੌਖੀ ਹੈ ਬਜਿੰਗ ਚੈਣਾ ਦੇ ਵਿੱਚ ਠੀਕ ਹੈ ਉੱਥੇ ਚਲੋ ਆਜ ਆਰ ਕੰਨਾਂ ਕਰ ਲੋ ਨਹੀਂ ਕਰਨਾ ਕਰ ਨਾ ਕਰੂ ਠੀਕ ਹੈ ਜੇ ਕੋਈ ਵਿੱਚੇ ਪਾਪ ਪਾ ਕੇ ਵੀ ਪਾਪ ਹੀ ਦਿੰਦੇ ਹੁੰਦੇ ਕਰ ਲੋ ਇੱਕ ਵਾਰ ਦੇਖ ਲੋ ਸੌਖਾ ਹੀ ਹੈਗਾ ਕਹਿੰਦੇ ਆਰਬੀਆਈ ਆਰਬੀਆਈ ਕੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਠੀਕ ਹੈ ਤੇ ਇਹਦਾ ਮੈਨੂੰ ਉਹ ਦੱਸੋ ਕੌਣ ਹੈ ਇਸ ਟਾਈਮ ਗਵਰਨਰ ਕੌਣ ਹੈ ਆਰਬੀਆਈ ਦਾ ਇਹ ਜਦੋਂ ਤੁਸੀਂ ਪੁੱਛਣ ਲੱਗੇ ਹੁੰਦੇ ਆ ਆਰਬੀਆਈ ਦਾ ਗਵਰਨਰ ਕੌਣ ਹੈ ਇਸ ਟਾਈਮ ਤੇ ਬੋਲੋ ਸ਼ਕਤੀਕੰਦ ਦਾਸ ਠੀਕ ਹੈ ਕੌਣ ਹੈਗਾ ਸ਼ਕਤੀਕੰਦ ਦਾਸ ਤੇ ਆਪਣੀ ਫਾਈਨੈਂਸ ਮਿਨਿਸਟਰ ਕੌਣ ਨਰਮਦਾ ਸੀਤਾਰਮਨ 1 ਅਪ੍ਰੈਲ 1935 ਨੂੰ ਬਣੀ ਸੀ ਆਰਬੀਆਈ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਕਹਿੰਦੇ ਆਰਬੀ ਨੇ ਕੀ ਕਹਿੰਦੇ ਇੰਡੀਆ ਦੇ ਵਿੱਚ ਜਿਹੜੀ ਕਰੰਟ ਅਕਾਊਂਟ ਡੈਫੀਸ਼ੀਐਂਟ ਹੈ ਠੀਕ ਹੈ ਇਹ ਲਾਈਕਲੀ ਨਮੈਨ ਡੈਸ਼ ਪਰਸੈਂਟ ਜੀਡੀਪੀ ਕਹਿੰਦੇ ਆਰਬੀ ਦੇ ਅਨਸਾਰ ਭਾਰਤ ਵਿੱਚ ਚਾਲੂ ਖਾਤਾ ਘਟਾ ਜਿਹੜਾ ਜੀਡੀਪੀ ਡੈਸ਼ ਦੇ ਅੰਦਰ ਆਉਣ ਦੀ ਸੰਭਾਵਨਾ ਹੈ ਠੀਕ ਹੈ ਇਹ ਕੋਈ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਪਿੱਛੇ ਕਰ ਲਓ ਜੇ ਕਰਨਾ ਹੈ ਇਕਨੋਮਿਕਸ ਅਪ੍ਰੇਸ਼ਨ ਆਗਾ 3% ਆਪ੍ਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਡਰੰਟ ਕੱਪ ਦੇ 131ਵੇਂ ਐਡੀਸ਼ਨ ਪਹਿਲੀ ਗੱਲ ਅਪ੍ਰੇਸ਼ਨ ਇਹ ਬਣ ਸਕਦਾ ਕਿ ਡਰੰਟ ਕੱਪ ਦਾ ਜਿਹੜਾ ਐਡੀਸ਼ਨ ਹੋਇਆ ਕਿਹਵੇਂ ਨੰਬਰ ਅਡੀਸ਼ਨ ਹੋਇਆ ਪਹਿਲਾ ਤਾਂ ਅਪ੍ਰੇਸ਼ਨ ਇੱਥੋਂ ਹੀ ਬਣ ਸਕਦਾ ਠੀਕ ਹੈ ਦੂਜਾ ਅਪ੍ਰੇਸ਼ਨ ਕਿੱਥੋਂ ਬਣੂਗਾ ਦੂਜਾ ਅਪ੍ਰੇਸ਼ਨ ਇਹ ਬਣ ਸਕਦਾਗਾ ਕਿ ਡਰੰਟ ਕੱਪ 131 ਮੈਚ ਨੇ ਫਾਈਨਲ ਵਿੱਚ ਕਿਹੜੀ ਟੀਮ ਨੇ ਮੋਬਾਈਲ ਸਿਟੀ ਐਫਸੀ ਨੂੰ 2-1 ਨਾਲ ਹਰਾਇਆਗਾ ਕਿਹੜੀ ਟੀਮ ਨੇ ਹਰਾਇਆਗਾ ਇਹ ਅਪ੍ਰੇਸ਼ਨ ਪੁੱਛ ਰਿਹਾ ਹੈ ਦੂਸਰਾ ਤਾਂ ਇਹ ਹਰਾਇਆਗਾ ਬੈਂਗਲੂਰੂ ਨੇ ਠੀਕ ਹੈ ਕਿਨੇ ਹਰਾਇਆ ਬੈਂਗਲੂਰੂ ਨੇ ਵੈਰੀ 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 ਇੰਪੋਰਟੈਂਟ ਅਪ੍ਰੇਸ਼ਨ ਹੈਗਾ ਠੀਕ ਹੈ ਕਿੱਥੇ ਹੋਇਆ ਸੀ ਇਹ ਡਰੰਟ ਕੱਪ ਤੁਹਾਨੂੰ ਪਤਾ ਇਹ ਹੋਇਆ ਸੀ ਕਲਕੱਤਾ ਦੇ ਵਿੱਚ ਕਲਕੱਤਾ ਦੇ ਵਿੱਚ ਠੀਕ ਹੈ ਕਲਕੱਤਾ ਦੇ ਵਿੱਚ ਉੱਥੇ ਹੈਗਾ ਆਪਣਾ ਵਿਵੇਕਨੰਦਾ ਜਵਾਹਰ ਭਾਰਤੀ ਕਿਸੇ ਜਿਹੜਾ ਗਰਾਉਂਡ ਸੀ ਉਹ ਵਿੱਚ ਹੋਇਆ ਸੀ ਠੀਕ ਹੈ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਮੁਸਕਰਾएं ਚਾਂਦ ਲੰਮੇ ਔਰ ਕੁਝ ਖਮੋਸ਼ੀਆਂ ਮੁਸਕਰਾਤੇ ਚਾਂਦ ਲੰਮੇ ਔਰ ਕੁਝ ਖਾਮੋਸ਼ੀਆਂ ਇਹ ਭਾਈ ਕਿਹਨੇ ਲਿਖੀ ਹੈ ਬੁੱਕ ਬਹੁਤ ਜਿਆਦਾ ਸੋਹਣਾ ਨਾਮ ਹੈਗਾ ਇਹ ਲਿਖਿਆ ਜਵਾਹਰ ਅਸ਼ਨੰਦਨ ਨੇ ਠੀਕ ਹੈ ਜਵਾਹਰ ਅਸ਼ਨੰਦਨ ਨੇ ਇਸ ਤੋਂ ਬਾਅਦ ਅਗਲੇ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਜੂਨੀਅਨ ਜਲ ਸ਼ਕਤੀ ਮਿਨਿਸਟਰ ਗਜਿੰਦਰ ਸਿੰਘ ਸ਼ਕਾਪ ਦੇ ਕਮਿਸ਼ਨ ਦੇ ਅਖੀਰਵਾਰ ਨੇ ਜਲ ਸ਼ਕਤੀ ਮਿਨਿਸਟਰ ਕੋਣਾ ਖਿਸ਼ਾਬਤ ਇਹਨੇ ਕੀ ਕੀਤਾ ਕਿ ਇੰਡੀਆ ਦਾ ਫਾਸਟ ਸਵੱਛ ਸੂਜਲ ਪ੍ਰਦੇਸ਼ ਕਿਹਨੂੰ ਕਹਿੰਦਾ ਇੰਡੀਆ ਦਾ ਫਾਸਟ ਸਵੱਛ ਸੂਜਲ ਪ੍ਰਦੇਸ਼ ਪ੍ਰੋਜੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅੰਡੇਮਾਨ ਨਿਕੋਬਾਰ ਅੰਡੇਮਾਨ ਨਿਕੋਬਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਨੂੰ ਕਿੰਨੇ ਡਿਗਰੀ ਚ ਨਾਲ ਲੱਗਦਾ 10 ਡਿਗਰੀ ਠੀਕ ਹੈ ਨਿਕੋਬਾਰ ਤੇ ਲਕਸ਼ਦੀਪ ਨੂੰ ਕਿੰਨੇ ਡਿਗਰੀ ਅਲੱਗ ਚ ਨਾਲ ਲੱਗਦਾ 9 ਡਿਗਰੀ ਲੱਖਸ਼ ਦੇਵਤੇ ਮਿੰਨੀ ਕੋਏ ਨੂੰ ਕਿੰਨੇ ਡਿਗਰੀ ਚ ਨਾਲ ਲੱਗ ਕਰਦਾ 8 ਡਿਗਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ ਨਿੱਕ ਅੰਡੇ ਨਕੋਵਾਰ ਦੀ ਸੰਡਲ ਪੀਕ ਆਪਰੇਸ਼ਨ ਨਾਲ ਯਾਦ ਰੱਖ ਲਓ ਬੰਦਰੋ ਠੀਕ ਹੈ ਇਸ ਤੋਂ ਬਾਅਦ ਆ ਗਿਆ ਆਪਾਂ 21 ਸਤੰਬਰ ਤੇ ਆਪਰੇਸ਼ਨ ਭਾਈ ਸਾਹਿਬ ਮੈਂ ਸੌਰੀ ਮੈਂ ਮਾਫੀ ਚਾਹੁੰਦਾ ਸਤੋਂ ਬਹੁਤ ਵੱਡੀ ਮਾਫੀ ਚਾਹੁੰਦਾ ਹੁਣ ਤੁਸੀਂ ਕਹੋਗੇ ਮਾਸਟਰ ਮਾਫੀ ਕਰਦੀ ਮੰਗੀ ਜਾਂਦਾ ਮਾਫੀ ਮੈਂ ਸਤੋਂ ਭਾਈ ਇਹ ਚੀਜ਼ ਹੀ ਮੰਗਦਾਗਾ ਕਿ ਇਹ ਆਪਰੇਸ਼ਨ ਸੋਡਾ ਨਾ ਫੋਰੈਸਟ ਗਾਰਡ ਦੇ ਵਿੱਚ ਆਇਆ ਸੀ ਤੇ ਮੈਂ ਕਰੰਟ ਅਫੇਅਰ ਕਰਵਾ ਨਹੀਂ ਸਕਿਆ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਸੀ ਜਦੋਂ ਕੋਈ ਠੀਕ ਹੈ ਤੇ ਉਹਦੇ ਬਾਰੇ ਮਾਫੀ ਚਾਹੁੰਦਾ ਆਹ ਕਰੰਟ ਅਫੇਅਰ ਤੁਹਾਨੂੰ ਉਹਦੇ ਵਿੱਚ ਆਇਆ ਸੀ ਠੀਕ ਹੈ ਜਿਵੇਂ ਨੂੰ ਪਤਾ ਹੁੰਦਾ ਮੈਂ ਤੁਹਾਨੂੰ ਉਹਦੀ ਕਰਵਾ ਦੇਣਾ ਸੀ ਇਹ ਠੀਕ ਹੈ ਇਹਦੇ ਵਾਸਤੇ ਮਾਫੀ ਚਾਹੁੰਦਾ ਭਾਈ ਮੈਂ ਫੋਰੈਸਟ ਗਾਰਡ ਦੇ ਵਿੱਚ ਆਇਆ ਸੀ ਇਹ ਠੀਕ ਹੈ ਤੇ ਐਡ ਕੀ ਨਹੀਂ ਪਾਸ ਤੁਹਾਡਾ ਮੈਂ ਇੱਕ ਵੀ ਪ੍ਰੋਬਲਮ ਰਹਿਣ ਦਿੰਦਾ ਠੀਕ ਹੈ ਐਡ ਕੀ ਕੋਈ ਨਹੀਂ ਰਹਿਣ ਦਿੰਦਾ ਤੁਹਾਡੇ ਵਾਦਾ ਹੈਗਾ ਐਡ ਕੀ ਵਿੱਚੋਂ ਹੀ ਖਚਾਂਗੇ ਸਾਰਾ ਕੰਮ ਆਪਾਂ ਠੀਕ ਹੈ ਤੇ ਉਦੋਂ ਥੋੜੀ ਜਿਹੀ ਉਹ ਸੀ ਥੋੜਾ ਜਿਹਾ ਜੇ ਮੇਰੇ ਕੋਲ ਟਾਈਮ ਦੀ ਪ੍ਰੋਬਲਮ ਸੀ ਤੇ ਪਰ ਅੱਗੇ ਤੋਂ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਉਣ ਦਿੰਦੇ ਆਪਾਂ ਠੀਕ ਹੈ ਚਲੋ ਕਨੇ ਭਾਰਤ ਦੀ ਫਰਸਟ ਲਿਥੀਅਮ ਐਂਡ ਸੈੱਲ ਫੈਕਟਰੀ ਹੈਜ਼ ਬੀਨ ਇਨੋਗਰੇਟਡ ਇਨ ਵਿਚ ਆਫ ਫੋਲੋਇੰਗ ਸਟੇਟ ਭਾਰਤ ਦੀ ਪਹਿਲੀ ਲਿਥੀਅਮ ਐਂਡ ਸੈੱਲ ਫੈਕਟਰੀ ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਗਿਆ ਹੈ ਇਹ ਪ੍ਰਸ਼ਨਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈਗਾ ਦੇਖੋ ਬੰਨ ਲੈਣ ਨੂੰ ਸਾਨੂੰ ਪ੍ਰਸ਼ਨ ਕਰਵਾਏ ਜਾ ਰਹੇ ਹੈ ਜੇ ਬਿਲਕੁਲ ਬਿਲਕੁਲ ਧਿਆਨ ਨਾ ਕਰ ਲਿਓ ਠੀਕ ਹੈ ਓਕੇ ਤਾਂ ਇਹ ਚੀਜ਼ਾਂ ਨੇ ਸਾਨੂੰ ਨੰਬਰ ਪਾਸ ਕਰਵਾਉਣਾ ਹੈ ਰਾਜੇ ਹੋਰ ਦੇਖੋ ਪਾਸ ਹੋਣਾ ਤੇ ਨੰਬਰ ਲੈਣਾ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਤਾਂ ਕਰਕੇ 540 ਨੰਬਰਾਂ ਵਾਲੇ ਵੀ ਹੋ ਜਾਊਗਾ ਆਪਾਂ ਆਉਣਾ ਮੈਟ ਦੇ ਵਿੱਚ ਠੀਕ ਹੈ ਤੇ ਮੈਟ ਦੇ ਵਿੱਚ ਆਉਣਾ ਮੈਟ ਦੇ ਵਿੱਚ ਜਿਹੜਾ ਇਹ ਸਾਨੂੰ ਪਤਾ ਐ ਤਾਂ ਪਾ ਨਹੀਂ ਸਕਦੇ ਠੀਕ ਹੈ ਉਹਦੇ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਪੁੱਢਣ ਰਾਤ ਠੀਕ ਹੈ ਤਾਂ ਇਹਨਾਂ ਅਨਸਰ ਆਊਗਾ ਆਪਣਾ ਆਂਧਰਾ ਪ੍ਰਦੇਸ਼ ਓਕੇ ਇਸ ਤੋਂ ਬਾਅਦ ਅਗਲਾਪ੍ਰਸ਼ਨ ਆ ਗਿਆ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਨੇ ਵਿੱਚ ਦੂਰਦਰਸ਼ਨ ਸੀਰੀਜ਼ ਹੈਜ਼ ਬੀ ਲਾਂਚਡ ਕਿ ਦੂਰਦਰਸ਼ਨ ਨੇ ਇੱਕ ਨਵੀਂ ਸੀਰੀਜ਼ ਲਾਂਚ ਕੀਤੀ ਹੈ ਜਿਹੜੀ ਯੂ ਐਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਜੁਨੀਸੈਫ ਯੂਐਸ ਏਜੰਸੀ ਇਹਨਾਂ ਨੇ ਅਤੇ ਇਹਨਾਂ ਦੁਆਰਾ ਦੂਰਦਰਸ਼ਨ ਦੀ ਕਿਹੜੀ ਲੜੀ ਸ਼ੁਰੂ ਕੀਤੀ ਗਈ ਹੈ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਅਪਰੇਸ਼ਨ ਹੈਗਾ ਇਹ ਲੜੀ ਸ਼ੁਰੂ ਕੀਤੀ ਗਈ ਹੈ ਇਹਨਾਂ ਦੇ ਵਿੱਚੋਂ ਕਿਹੜੀ ਲੜੀ ਸ਼ੁਰੂ ਕੀਤੀ ਗਈ ਹੈ ਦੋਨ ਆਪਸ਼ਨ ਹੈਗੀ ਹੈ ਕੋਈ ਨਾਲ ਹਾਂ ਆ ਹੈਗੀ ਮਾਈਬੀ ਕਈ ਜਨ ਦੂਰ ਸੇ ਨਮਸਤੇ ਠੀਕ ਹੈ ਕੋਵਿਡ ਨੂੰ ਧਿਆਨ ਰੱਖ ਕੇ ਕਰੀ ਸਨ ਦੂਰ ਸੇ ਨਮਸਤੇ ਠੀਕ ਹੈ ਤੇ ਬਹੁਤ ਇੰਪੋਰਟੈਂਟ ਹੈ ਦੂਰਦਰਸ਼ਨ ਵਾਲਾ ਅਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਚ ਆਫ ਦਾ ਫੋਲੋਇੰਗ ਹੈਜ਼ ਬੀ ਨੋਮੀਨੇਟਡ ਐਸ ਦਾ ਫਰਸਟ ਇਅਰ ਸ਼ੰਘਾਈ ਕਾਰਪੋਰੇਸ਼ਨ ਟੂਰਿਜ਼ਮ ਐਂਡ ਕਲਚਰ ਕੈਪੀਟਲ ਦੂਰਿੰਗ ਦਾ ਪੀਰੀਅਡ 2022-23 ਇਹ ਲਿਖਿਆ ਵਿੱਚ ਕਿਸ ਨੂੰ 2022-23 ਦੀ ਮਿਆਦ ਦੇ ਦੌਰਾਨ ਪਹਿਲੀ ਵਾਰ ਸ਼ੰਘਾਈ ਜੋ ਸੰਗਠਨ ਸ਼ਹਿਰ ਸਪਟਾ ਦੇ ਸੱਭਿਆਚਾਰ ਰਾਜਨੀਤੀ ਵਿਜੋ ਰਾਤਾਂ ਨਹੀਂ ਬਜੋ ਨਾਮਜ਼ਦ ਕਰਤਾ ਠੜਣ ਠੀਕ ਹੈ ਪਹਿਲੀ ਵਾਰ ਕੀਤਾ राजे ਐਸਓ ਸੀ ਦੀ ਉਹ ਜਿਹੜਾ ਕਿ ਪਹਿਲੀ ਇਹ ਭਈ ਆਪਣੀ ਸੱਭਿਆਚਾਰਕ ਸਾਇੰਸਪਟਾ ਵਾਲੀ ਰਾਤਾਂ ਨਹੀਂ ਬਣਗੀ ਕਿਹੜੀ ਰਾਤਾਂ ਨਹੀਂ ਬਣ ਗਈ ਇਹ ਬਣ ਗਈ 12 ਦਾ ਸੀ 12 ਦਾ ਸੀ ਜੋ ਬਹੁਤ ਚਰਚਾ ਹੈ ਪ੍ਰੈਸ਼ਨ ਵੀ ਤੁਹਾਨੂੰ ਪੇਪਰ 'ਚ ਮਿਲੂਗੀ ਮਿਲੂਗਾ ਇੱਥੇ ਠੀਕ ਹੈ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹ ਰਹੇ ਨੇ ਕਹਿੰਦੇ ਫਰਾਂਸ ਦਾ ਦਾ ਜੀ ਇੱਕ ਟਾਪ ਸਭ ਤੋਂ ਉੱਚਾ ਸਿਵਲ ਅਵਾਰਡ ਹੈਗਾ ਜਿਹੜਾ ਨਾਮ ਹੈਗਾ ਨਾਈਟ ਆਫ ਦਾ ਲਿਜੀਨ ਆਫ ਆਨਰ ਕਹਿੰਦੇ ਇਹ ਕਿਹਨੂੰ ਮਿਲੇਗਾ ਇਹ ਵਾਰਡ ਕਿਹਨੂੰ ਮਿਲੇਗਾ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਹੈਗਾ ਇਹ ਮਿਲਿਆ ਰਹਾ ਜੀ ਸਵਾਤੀ ਪਿਰਾਮਲ ਨੂੰ ਠੀਕ ਹੈ ਹੁਣ ਤੁਸੀਂ ਕਹੋਗੇ ਸਵਾਤੀ ਪਿਰਾਮਲ ਕੌਣ ਆ ਰਾਜੇ ਇਹ ਇੱਕ ਆਪਣੀ ਇੰਡੀਅਨ ਸਾਇੰਟਿਸਟ ਹੈਗੀ ਠੀਕ ਹੈ ਕੀ ਹੈ ਇਹ ਕਿ ਅਗਰ ਇੰਡੀਆ ਦੀ ਸਾਇੰਟਿਸਟ ਹੈ ਐਂਡ ਇੱਕ ਬਾਇਸ ਚੇਅਰਮੈਨ ਵੀ ਇਹੀ ਪੀਰਮਲ ਗਰੁਪ ਦੇ ਪੀਰਮਲ ਦੇ ਨਾਮ ਦੇ ਵਿੱਚ ਪੀਰਮਲ ਗਰੁਪ ਦੇ ਨਾਮ ਦੀ ਬਣਿਆ ਹੋਇਆ ਉਹਦੀ ਇਹ ਬਾਇਸ ਚੇਅਰਮੈਨ ਦੀ ਹੈ ਠੀਕ ਹੈ ਉਹਦੇ ਦੇ ਮਿਲਿਆ ਵਾ ਇਹਨੂੰ ਠੀਕ ਹੈ ਤਾਂ ਕਰਕੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਜੁਏ ਜੁਏ ਕੀ ਹੈ ਪਤਾ ਸੋਨੋ ਜੁਏ ਦੀ ਰਾਤ ਨਹੀਂ ਦਵਾਈ ਹੈ ਉਹਨੇ ਇੱਕ ਐਮਓ ਜੁ ਸਾਈਨ ਕੀਤਾ ਕਿ ਕਿਹੜੀ ਇੰਟਰ ਕੰਟਰੀ ਨਾਲ ਸੰਬੰਧ ਕੀਦਾ ਸਪੇਸ ਏਜੰਸੀ ਨੂੰ ਲੈ ਕੇ ਕਿ ਅਸੀਂ ਭਾਈ ਚੰਦ ਤੇ ਜਾਣਾਗਾ ਠੀਕ ਹੈ ਅਸੀਂ ਚੰਦ ਤੇ ਜਾਣਾਗਾ ਕਹਿੰਦੇ ਕਿਰਨਾ ਭਾਈ ਟਾਇਲਟ ਦੇ ਵਿੱਚ ਕੋਈ ਬੰਦਾ ਲਿਖ ਗਿਆ ਕਿ ਤੂੰ ਇੱਥੇ ਬੈਠਾ ਦੁਨੀਆ ਚੰਦ ਤੇ ਪਹੁੰਚ ਗਈ ਠੀਕ ਹੈ ਤਾਂ ਉਹ ਉਹੀ ਚੰਦ ਦਾ ਉਹੀ ਚੰਦ ਹੈ ਇਹ ਤਾਂ ਉਹ ਤੋਂ ਸ਼ਰਮਜੀ ਮੰਨ ਗਏ ਠੀਕ ਹੈ ਯੂਏ ਵਾਲੇ ਤੇ ਇਹਨਾਂ ਨੇ ਰਾਜ ਕਿਹੜੇ ਦੇ ਦੱਸਣਾ ਸਮਝਾਉ ਤਾਂ ਕਿ ਤਾਂ ਕਹਿੰਦੇ ਆਪਾਂ ਚੰਦ ਤੇ ਪਹੁੰਚਣਾ ਆਪਾਂ ਇਕੱਠੇ ਪਹੁੰਚਾਂਗੇ ਆਪਾਂ ਇਕੱਠਾ ਪ੍ਰੋਜੈਕਟ ਲਾਵਾਂਗੇ ਤਾਂ ਇਹ ਭਾਈ ਆਏ ਸੀ ਮੇਰੇ ਕੋਲੇ ਠੀਕ ਹੈ ਮੈਂ ਜਵਾਬ ਦਿੱਤਾ ਫਿਰ ਇਹ ਕਹਿੰਦੇ ਸੀ ਆਏ ਕਰਦੇ ਆ ਫਿਰ ਅਸੀਂ ਭਾਈ ਕਹਿੰਦੇ ਚੈਨ ਵਾਲੇ ਕੋਨੇ ਭਗ ਜਾਣੇ ਠੀਕ ਹੈ ਇਹ ਮੈਨੂੰ ਪਰੇਸ਼ਨ ਗਲਤ ਲੱਗਦਾ ਦਾ ਜੀ ਸੌਰੀ ਜਰ ਇਹਦਾ ਆਨਸਰ ਨਾ ਇਹ ਨਹੀਂ ਹੋਣਾ ਇਹ ਵੀ ਥੋੜਾ ਕਨਫਿਊਜ਼ ਹੈਗਾ ਇਹਦਾ ਸਪੇਸ ਏਜੰਸੀ ਦਾ ਇਹਦਾ ਚੈਨਾ ਹੀ ਆਊਗਾ ਜਿਹੜਾ ਆਨਸਰ ਠੀਕ ਹੈ ਇੱਕ ਵਾਰ ਤੁਸੀਂ ਚੈਨਾ ਲਾਓ ਚੈਨਾ ਸਹੀ ਹੈ ਜਰ ਆਨਸਰ ਇਹ ਆਪਸ਼ਨ ਗਲਤ ਲਿਖੀ ਗਈ ਹੈ ਇੰਡੀਆ ਨਾਲ ਲਿਖੀ ਤੇ ਨਾ ਚੈਨਾ ਨਾਲ ਕੀਤਾਗਾ ਠੀਕ ਹੈ ਚੈਨਾ ਆਨਸਰ ਹੈ ਦਾ ਜਿਹੜਾ ਮੈਂ ਆਪਸ਼ਨ ਦੇ ਵਿੱਚ ਠੀਕ ਕਰ ਦੂੰਗਾ ਬਸ ਸਾਡਾ ਯਾਦ ਰੱਖ ਲਿਓ ਆ ਰਾਜੇ ਥੀਮ ਹੈ ਔਰ ਬਸ ਇਹ ਸਿੱਧਾ ਹੀ ਹੈ ਇੰਟਰਨੈਸ਼ਨਲ ਬੀ ਆਕ ਡੀਪ ਪਿਪਲ ਠੀਕ ਹੈ ਜਿਹੜੇ ਲੋਕਾਂ ਨੂੰ ਸੰਦ ਨੂੰ ਡੀਫ ਕਹਿੰਦੇ ਨੇ ਠੀਕ ਹੈ ਰਾਜ ਉਹਨਾਂ ਵਾਸਤੇ ਕਿਹੜੇ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ 20 ਤੋਂ 26 ਸਤੰਬਰ ਦਾ ਦਿਨ ਮਨਾਇਆ ਗਿਆ ਇਸ ਦਿਨ ਯਾਦ ਕਰ ਲਿਓ ਜਿਹੜਾ ਡੀਫ ਡੇ ਮਨਾਇਆ ਗਿਆ ਰਾਜ ਜਿਹੜਾ ਥੀਮ ਕੀ ਹੈਗਾ ਬਿਲਡਿੰਗ ਇਨਕਲੂਸਿਵ ਕਮਿਊਨਿਟੀ ਆਫ ਆਲ ਠੀਕ ਹੈ ਇਹ ਯਾਦ ਕਰ ਲਿਓ ਇਸ ਤੋਂ ਬਾਅਦ ਅਗਲਾ ਯਾਦ ਕਰ ਲਿਓ ਕਹਿੰਦੇ ਸਤੰਬਰ 2022 ਵਿੱਚ ਏਸ਼ੀਆ ਪੈਸੀਫਿਕ ਫੋਰਮ ਦੀ 27ਵੀਂ ਆਮ ਮੀਟਿੰਗ ਦੇਖੋ ਸਭ ਤੋਂ ਪਹਿਲਾਂ ਅਪ੍ਰੈਸ਼ਨ ਇਹੀ ਬਣ ਗਿਆ ਕਿ ਜਿਹੜੀ ECAPEKIPAK ਫਾਰਮ ਦੀ ਮੀਟਿੰਗ ਹੋਈ ਹੈ ਉਹ ਕੈਮੀ ਮੀਟਿੰਗ ਹੋਈ ਹੈ ਪਹਿਲਾ ਪ੍ਰਸ਼ਨ ਇਹ ਬਣ ਗਿਆ ਇਹ ਹੋਈ ਹੈ 27ਵੀਂ ਮੀਟਿੰਗ ਠੀਕ ਹੈ 27ਵੀਂ ਮੀਟਿੰਗ ਵਿੱਚੋਂ ਹਿੱਟ ਦੇਖਾਂ ਵਿੱਚ ਕਿਸ ਨੂੰ ਗਲੋਬਲ ਅਲਾਈਅንስ ਆਫ ਨੈਸ਼ਨਲ ਹਿਊਮਨ ਰਾਈਟਸ ਇੰਸਟੀਚਿਊਟ ਦੇ ਬਿਊਰੋ ਦੇ ਮੈਂਬਰ ਵਜੋਂ ਚੁਣਿਆ ਗਿਆਗਾ ਇਹ ਮੀਟਿੰਗ ਦੇ ਵਿੱਚ ਇਹਦੇ ਮੈਂਬਰ ਵਜੋਂ ਕਿਹਨੂੰ ਚੁਣਿਆ ਗਿਆਗਾ ਇਹ ਆਨਸਰ ਜਿਹੜਾ ਅਸਲ ਪ੍ਰਸ਼ਨ ਦਾ ਆਨਸਰ ਆਪਣਾ ਉਹ ਇਹ ਹੈਗਾ ਇਹ ਚੁਣਿਆ ਗਿਆ ਆਪਣੇ অরਣ ਕੁਮਾਰ ਮਿਸ਼ਰਾ ਇਦੋ ਵਾਰ ਅਗਲਾ ਪ੍ਰਸ਼ਨ ਪੁੱਛ ਰਹੇ ਨੇ ਆਪਾਂ ਤੋਂ ਕਹਿੰਦੇ ਦਾ ਰੋਟੇਸ਼ਨਲ ਪ੍ਰੈਜ਼ੀਡੈਂਸੀ ਆਫ ਦਾ ਸਿੰਗਾਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਐਸ ਸੀਓ ਜਿਹੜਾ ਮੈਨੂੰ ਦੱਸ ਕੇ ਗਿਆ ਬਜੰਗ ਦੇ ਵਿੱਚ ਹੈੱਡ ਕੁਆਰਟਰ ਚੈਨਾ ਦੇ ਵਿੱਚ ਹੈਜ਼ ਬੀਨ ਹੈਂਡ ਓਵਰ ਟੂ ਇਸ ਸਮਾਰਕੰਦ ਉਜ਼ਬੇਕਿਸਤਾਨ ਵਾਲਾ ਆਪਾਂ ਪੜ੍ਹ ਕੇ ਗਏ ਹੁਣ ਕਿ ਉੱਥੇ ਸੈਸ਼ਨ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਆਹ ਪ੍ਰਧਾਨਗੀ ਕਿਹਨੂੰ ਦਿੱਤੀ ਇਹ ਬ੍ਰਿਸ਼ਾ ਦਾ ਜਿਵੇਂ ਸੁਣਾਈ ਨਹੀਂ ਪਤਾ ਕਿੰਨੇ ਅਗਬਾਰੀ ਕਰਵਾ ਕੇ ਸੁਣ ਕਿੰਨੇ ਵੇ ਦੱਸਿਆਗਾ ਕਿ ਜੀ 20 ਦੀ ਵੀ ਆਪਾਂ ਨੂੰ ਮਿਲ ਰਹੀ ਹੈ ਪ੍ਰੈਜ਼ੀਡੈਂਸੀ ਤੇ ਐਸ ਸੀਓ ਦੀ ਵੀ ਪ੍ਰੈਜ਼ੀਡੈਂਸੀ ਇੰਡੀਆ ਨੂੰ ਮਿਲ ਰਹੀ ਹੈ ਠੀਕ ਹੈ ਇਹ ਚੀਜ਼ਾਂ ਜਾਣ ਕਰਿਆ ਪਰ ਨਾਲ ਦੇ ਨਾਲ ਇਸ ਤੋਂ ਬਾਅਦ ਅਗਲਾ ਤਾਂ ਇੰਡੀਅਨ 에ਅਰ ਫੋਰਸ ਜਿਹੜੀ ਆਪਣੀ ਇੰਡੀਅਨ 에ਅਰ ਫੋਰਸ ਹੈ ਇਜ਼ ਸੈਟ ਟੂ ਰਿਟਾਇਰ ਜਿਹੜੀ ਆਪਣੀ ਇੰਡੀਅਨ 에ਅਰ ਫੋਰਸ ਹੈ ਇਜ਼ ਸੈਟ ਟੂ ਰਿਟਾਇਰ ਇਟਸ ਸ਼੍ਰੀਨਗਰ ਵੇਸ ਡੈਸ਼ ਕਵਾਡਰਨ ਸਵੋਰਡ ਆਰਮਸ ਭਾਰਤੀ ਹਵਾਈ ਸੈਨਾ ਆਪਣੇ ਸ਼੍ਰੀਨਗਰ ਵਿੱਚ ਸਥਿਤ ਡੈਸ਼ ਕਵਾਡਰਨ ਸਪੋਰਟ ਆਰਮ ਨੂੰ ਰਿਟਾਇਰ ਕਰਨ ਲਈ ਤਿਆਰ ਹੈ ਠੀਕ ਹੈ ਇਹ ਜਹਾਜ਼ ਰਾਜ ਇਹਨਾਂ ਤੱਕ ਠੀਕ ਹੈ ਸਵੋਰਡ ਆਰਮ ਉਰ ਨਾਮ ਕੀ ਹੈ ਕਹਿੰਦੇ ਜਿਹਨੂੰ ਰਿਟਾਇਰ ਕਰਨ ਜਾ ਰਿਹਾ ਹੈ ਸ਼੍ਰੀ ਨਗਰ ਦੇ ਵਿੱਚ ਇਸ ਜਬਲੀਸ਼ਨ ਪੇਪਰ ਦੇ ਵਿੱਚ ਆਉਂਦੇ ਆ ਇਹਨਾਂ ਹੈਗਾ ਮੈਗ 21 ਠੀਕ ਹੈ ਮੈਗ 21 ਕਹਿੰਦੇ ਵਿੱਚ ਇਹਦਾ ਫੋਲੋਇੰਗ ਇੰਡੀਅਨ ਫਾਸਟ ਸਟੇਟ ਜੇ ਜੂਟੀ ਹੈ ਜਿਹਨੇ 100% ਕਵਰੇਜ ਕਰ ਲਿਆ ਅਪਲੀਕੇਸ਼ਨ ਡੋਜ਼ ਦੇ ਵਿੱਚ ਭਾਰਤ ਦਾ ਪਹਿਲਾ ਰਾਜ ਹੈ ਜੂਟੀ ਬਣ ਜਿਹਨੇ 100% ਡੋਜ਼ ਲਵਾ ਲਈ ਪਈ ਆ ਉਹਦੀ ਠੀਕ ਹੈ ਤਾਂ ਇਹ ਕਿਹੜਾ ਬਣ ਗਿਆ ਚਾਰ ਪੰਜ ਆਪਸ਼ਨ ਤੁਹਾਡੇ ਸਾਹਮਣੇ ਹੈਗਾ ਇਹ ਬਣ ਗਿਆ ਪਰ ਅੰਡੇਮਾਨ ਨਿਕੋਮਰ ਇਹ ਪ੍ਰੈਸ਼ਨ ਵੀ ਆਪਾਂ ਬਹੁਤ ਵਾਰੀ ਕਰਕੇ ਗਏ ਆ ਪਹਿਲਾਂ ਠੀਕ ਹੈ ਤੁਹਾਨੂੰ ਮੋਰੇ ਚ ਕਰਵਾਇਆ ਸੀ ਸ਼ਾਇਦ ਮੋਕ ਟੈਸਟਾਂ ਦੇ ਵਿੱਚ ਤੇ ਸੀਐਮ ਦਾ ਹੈਸੀ ਸੀਐਮ ਦਾ ਹੈਸੀ ਵਿਬ ਪੋਰਟਲ ਹੈ ਜਿਹੜਾ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ ਬਸ ਇਨੀ ਯਾਰ ਕਹਿੰਦਾ ਸੀਐਮ ਦਾ ਹੈਸੀ ਸਾਰਾ ਪਿਛੇ ਬਣਦੀ ਰੋੜ ਨਹੀਂ ਹੈਗੀ ਤੇ ਇਹ ਲਾਂਚ ਕੀਤੀ ਹੈ ਮਣੀਪੁਰ ਨੇ ਠੀਕ ਹੈ ਮਣੀਪੁਰ ਦੀ ਰਾਜਧਾਨੀ ਸੀਐਮ ਇਹ ਤੁਸੀਂ ਆਪ ਦੇ ਅਪ ਸਰਚ ਕਰਿਆ ਕਰੋ ਜੇ ਨਾਲ ਨਾਲ ਫਿਰ ਤੁਹਾਨੂੰ ਯਾਦ ਹੋਊਗਾ ਠੀਕ ਹੈ ਆਪ ਦੇ ਅਪ ਸਰਚ ਕਰਨਾ ਸਿੱਖ ਲਓ ਨਾਲ ਦੇ ਨਾਲ ਕਿ ਗੁਜਰਾਤ ਦਾ ਕੌਣਾ ਆ ਸ਼ਾਮ ਦਾ ਕੌਣਾ ਹੈ ਮਣੀਪੁਰ ਦਾ ਕੌਣਾ ਤਰਪੁਰਾ ਦਾ ਕੌਣਾ ਹੈ ਮਣੀਪੁਰ ਦੇ ਨਾਲ ਦੇ ਨੇ ਕੈਪੀਟਲ ਰਾਜਤਾਨੀਆਂ ਨਾਲੇ ਸੀਐਮ ਗਵਰਨਰ ਭਾਵੇਂ ਰਹਿੰਦੇ ਹੋ ਸੀਐਮ ਇੱਕ ਵਾਰ ਯੂ ਯਾਦ ਕਰ ਲਿਓ ਇਸ ਤੋਂ ਬਾਅਦ ਕਹਿੰਦੇ ਜੁਨੀਅਨ ਮਨਿਸਟਰ ਜਿਹੜਾ ਆਪਣਾ ਇਹਨੇ ਲੀਡ ਕੀਤਾਗਾ ਡੈਲੀਗੇਸ਼ਨ ਟੂ ਯੂਐਸ ਫੋਰ ਆਪਣਾ ਗਲੋਬਲ ਕਲੀਨ એનર્ਜੀ ਐਕਸ਼ਨ ਫੋਰਮ ਠੀਕ ਹੈ ਇਹ ਇਹ ਆਪਣੀ ਹੋਊਗੀ ਇੱਕ ਮੀਟਿੰਗ ਹੋਣੀ ਹੈ ਰਾਜ ਕੇਂਦਰੀ ਮੰਤਰੀ ਕੌਣ ਲੀਡ ਕਰ ਰਿਹਾ ਪਹਿਲਾਂ ਇਹ ਨੂੰ ਇਹ ਦੱਸਣਾ ਇਹ ਕਰ ਰਿਹਾ ਜਤਿੰਦਰ ਸਿੰਘ ਜੁਨੀਅਨ ਮਨਿਸਟਰ ਜਤਿੰਦਰ ਸਿੰਘ ਗਲੋਬਲ ਕਲੀਨ એનર્ਜੀ ਐਕਸ਼ਨ ਫੋਰਮ ਲਈ ਅਮਰੀਕਾ ਦੇ ਵਫਤ ਦੀ ਅਗਵਾਈ ਕਰਨਗੇ ਠੀਕ ਹੈ ਇਹ ਆਪਾਂ એનર્ਜੀ ਤੇ ਇਹਦੇ ਡਿਸਕਸ ਹੋਊਗੀ ਇਹਦੇ ਵਿੱਚ ਠੀਕ ਹੈ ਕਿਵੇਂ એનર્ਜੀ ਪ੍ਰੋਡਿਊਸ ਕਰਨੀ ਹੈ ਇਸ ਤੋਂ ਬਾਅਦ Google Cloud ਹੈਜ ਅਨਾਉਂਸ Google Cloud ਠੀਕ ਹੈ ਹੈਜ ਅਨਾਉਂਸ ਇਟ ਇਜ਼ ਲਾਂਚਡ ਦਾ ਫਰਸਟ ਚੋਹਟ ਆਫ ਇਟਸ ਕੰਪਿਊਟਿੰਗ ਫਾਊਂਡੇਸ਼ਨ ਵਿਦ ਦਾ ਕੁਬੂਨੇਟਸ ਕੋਰਸ ਇਨ ਕੋਲਾਬੋਰੇਸ਼ਨ ਵਿਦ Google Cloud ਨੇ ਕੋਸ਼ਿਸ਼ ਨਾ ਕੀਤੀ Google Cloud Google ਤੁਸੀਂ ਦੇਖਦੇ ਹੋ Google ਦੇ ਵਿੱਚ ਆਪਾਂ ਕਿਵੇਂ ਸਾਨੂੰ Google Cloud ਮਿਲ ਮਿਲਿਆ ਦਿੰਦਾਗਾ ਠੀਕ ਹੈ ਕੋਸ਼ਿਸ਼ ਨਾ ਕੀਤੀ ਹੈ ਕਿ ਉਹ ਡੈਸ਼ ਦੇ ਸਹਿਯੋਗ ਨਾਲ ਕੁਬਰਨੇਟਸ ਕੋਰਸ ਦੇ ਨਾਲ ਆਪਣੇ ਕੰਪਿਊਟਿੰਗ ਫਾਊਂਡੇਸ਼ਨ ਦਾ ਪਹਿਲਾ ਸਮੂਹ ਲਾਂਚ ਕਰੇਗੀ ਨਾਸਕੋਮ ਠੀਕ ਹੈ ক্লাস ਕੋ ਗਲੋਬਲ ਕ੍ਰਿਪਟੋ ਆਪਰੇਸ਼ਨ 100% ਰੱਖ ਲਓ ਵਿੱਚ ਕਿ ਕ੍ਰਿਪਟੋ ਵਾਲੇ ਆਪਰੇਸ਼ਨ ਪੱਕਾ ਹੁੰਦੇ ਆ ਕਹਿੰਦੇ ਗਲੋਬਲ ਕ੍ਰਿਪਟੋ ਅਡਾਪਸ਼ਨ ਇੰਡੈਕਸ ਦੇ ਵਿੱਚ ਇੰਡੀਆ ਦੇ ਵਿੱਚ ਕਿੰਨੀ ਕ੍ਰਿਪਟੋ ਸੁਣਿਆ ਹੋਊਗਾ ਇੱਕ ਨਾ ਆਨਲਾਈਨ ਚੱਲਦੇ ਨੇ ਕ੍ਰਿਪਟੋ ਕਰੰਸੀ ਫਲਾਨੀ ਕਰੰਸੀ ਸੁਣਿਆ ਹੋਊਗਾ ਤੁਸੀਂ ਆਮ ਤੌਰ ਤੇ ਹੈਨਾ ਮੁੰਡਿਆਂ ਦਾ ਪਤਾ ਹੋ ਕੁੜੀਆਂ ਨੂੰ ਬਾ ਮੈਨਾਂ ਪਤਾ ਹੋਵੇ ਕ੍ਰਿਪਟੋ ਕਰੰਸੀ ਬਾਰੇ ਉਹਦੇ ਵਿੱਚ ਕਹਿੰਦੇ ਇੰਡੀਆ ਰੈਂਕ ਕੀ ਹੈਗਾ ਇਹ ਕਰਵਾ ਕੇ ਗਿਆ ਹੋਇਆ ਪਹਿਲਾਂ ਵਾਲੇ ਕ੍ਰਿਪਟੋ ਆਪਰੇਸ਼ਨ ਦੇ ਵਿੱਚ ਵੀ ਚੌਥਾ ਰੈਂਕ ਹੈਗਾ ਪਹਿਲ ਨੰਬਰ ਤੇ ਵੀ ਇਤਨਾਮ ਸੀ ਅਲਟੀ ਬੀਤਨਾਮ ਠੀਕ ਹੈ ਬਸ ਇੰਡੀਆ ਵਿੱਚ ਲੀਗਲ ਆ ਚਲੋ ਤਾਂ ਅभी ਆਪਣੇ ਚੱਲੀ ਜਾਂਦਾਗਾ ਅਨਲੀਗਲ ਹੈ ਲੀਗਲ ਨਹੀਂ ਹੈਗਾ ਵਿੱਚ ਓਵਰ ਆ ਫੋਲੋਇੰਗ ਸਟੇਟ ਹੈਜ਼ ਡਿਸਾਈਡ ਟੂ ਇੰਟਰੋਡਿਊਸ ਨੋ ਬੈਗ ਡੇ ਸਕੂਲ ਇਹ ਲਿਖਿਆ ਰਾਜਾਂ ਵਿੱਚੋਂ ਕਿਸਨੇ ਸਕੂਲ ਵਿੱਚ ਨੋ ਬੈਗ ਡੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਕਿ ਨੇ ਦੇਖੋ ਬੱਚੇ ਦਾ ਕੀ ਹੁੰਦਾਗਾ ਬੰਦੇ ਦੇ ਬੱਚੇ ਦੇ ਮਗਰ ਇੰਨਾ ਭਾਰ ਪਾਇਆ ਪਿਆ ਹੁੰਦਾਗਾ ਕਿ ਜਿਵੇਂ ਕੋਈ ਬੰਦਾ ਮਾਰ ਕੇ ਵਿੱਚ ਪਾਇਆ ਹੁੰਦਾਗਾ ਠੀਕ ਹੈ ਤਾਂ ਇੱਕ ਨੇ ਸਕੂਲ ਦੇ ਵਿੱਚ ਅਸੀਂ ਪਾਲਿਸੀ ਚਲਾਉਣੇ ਅੱਗੇ ਕਿ ਨੇ ਕਿ ਭਾਈ ਇੱਕ ਦਿਨ ਕੋਈ ਵੀ ਬੱਚਾ ਸਕੂਲ 'ਚ ਬੈਗ ਨਹੀਂ ਲੈ ਕੇ ਆਊਗਾ ਸਿਰਫ ਕੱਲੀ ਆਊਗਾ ਠੀਕ ਹੈ ਇਹਨਾਂ ਜਵਾਕ ਨੂੰ ਲੈ ਸਕੂਲ ਦੇ ਵਿੱਚ ਜਾਂ ਜੰ ਇੰਟਰਸਟ ਹੋਣ ਲੱਗੇ ਅੱਜ ਕਿਹੜਾ ਆਪਾਂ ਨੂੰ ਪੜ੍ਹਾਉਣਾਗਾ ਠੀਕ ਹੈ ਅੱਜ ਕਿਹੜਾ ਆਪਾਂ ਪੜ੍ਹਨਾਗਾ ਤਾਂ ਕਰਕੇ ਬੱਚਿਆਂ ਨੂੰ ਨੋ ਬੈਕਰ ਕਰਕੇ ਬੱਚਾ ਭੱਜ ਜਾਊਗਾ ਸਕੂਲ ਦੇ ਵਿੱਚ ਇੱਕ ਬੱਚੇ ਦਾ ਇੰਟਰਸਟ ਪੈਦਾ ਕਰਨ ਵਾਸਤੇ ਸਕੂਲ ਦੇ ਵਿੱਚ ਕੀ ਬੱਚਾ ਬੋਰ ਨਾ ਹੋਵੇ ਉਹਦੇ ਵਾਸਤੇ ਜੀ ਕੀਤੀ ਹੈ ਇਹ ਕੀ ਤਕੀ ਨੇ ਇਹ ਕਿਤਾ ਬਿਹਾਰ ਨੇ ਵਿੱਚੋਂ ਆਪਣਾ ਸੈਟਅਪ ਸਟੇਟ ਗਵਰਨਮੈਂਟ ਹੈ ਜੀ ਪ੍ਰਿੰਸੀਪਲ ਨੋ ਟੂਏ ਪ੍ਰੋਪੋਜ਼ਲ ਟੂ ਸੈਟ ਅਪ ਐਨ ਇੰਸਟੀਟਿਊਸ਼ਨ ਔਨ ਦਾ ਲਾਈਨਸ ਆਫ ਨੀਤੀ ਜੋਗ ਟੂ ਮੇਕ ਸਟੱਡੀਜ਼ ਡਿਸੀਜਨ ਇਨ ਔਨ ਦਾ ਵੇਰੀਅਸ ਸੈਕਟਰ ਇਹ ਕੀ ਕਹਿੰਦੇ ਨੇ ਕਿ ਆਪਾਂ ਕੀ ਬੱਖ-ਬੱਖ ਜਿਵੇਂ ਆਪਣੇ ਸਟੇਟ ਲਾ ਲਓ ਜਿਵੇਂ ਆਪਾਂ ਪੰਜਾਬ ਦੇ ਵਿੱਚ ਲਾ ਲਓ ਪੰਜਾਬ ਦੇ ਵਿੱਚ ਆਪਣੇ ਅਲੱਗ-ਅਲੱਗ ਖੇਤਰ ਹੈ ਬੈਂਕਾਂ ਦਾ ਬੈਂਕਾਂ ਵੀ ਹੈਗੀਆਂ ਆਪਣੇ ਐਗਰੀਕਲਚਰ ਸੈਕਟਰ ਵੀ ਹੈਗੇ ਆ ਪ੍ਰਾਈਵੇਟ ਸੈਕਟਰ ਵੀ ਹੈਗੇ ਹੈ ਠੀਕ ਹੈ ਰੇਤ mafia ਵੀ ਹੈ ਠੀਕ ਹੈ ਕੇਵਲਾਂ ਦਾ ਕੰਮ ਆ ਗਿਆ ਬੋਥ ਸਾਰੇ ਬਿਜ਼ਨਸ ਆ ਪੰਜਾਬ ਪੰਜਾਬ ਦੇ ਵਿੱਚ ਉਵੇਂ ਜਿਵੇਂ ਹੀ ਕਹਿੰਦੇ ਇੰਨਾ ਚੋਂ ਕਿਹੜੀ ਰਾਜ ਸਰਕਾਰ ਹੈ ਜਿਵੇਂ ਹੁਣ ਨੀਤੀ ਜੋਗ ਹੈ ਨੀਤੀ ਜੋਗ ਜਿਹੜੇ ਫੈਸਲੇ ਲੈਂਦੇ ਆ ਨੀਤੀ ਜੋਗ ਨੂੰ ਪਰ ਥਿੰਕ ਟੈਂਕ ਕਹਿੰਦੇ ਆ ਨੀਤੀ ਜੋਗ ਨੂੰ ਹੀ ਥਿੰਕ ਟੈਂਕ ਕਿਹਾ ਜਾਂਦਾ ਕਿ ਬੀ ਸੁਪਰੀਸ਼ਨ ਆ ਜੇ ਜਿਵੇਂ ਕਿ ਨੀਤੀ ਜੋਗ ਫੈਸਲੇ ਲੈਂਦੀ ਹੈ ਇੰਡੀਆ ਦੇ ਕੰਮਾਂ ਵਾਸਤੇ ਉਹ ਜਿਵੇਂ ਰਾਜ ਸਰਕਾਰ ਕਹਿੰਦੀ ਕਿ ਅਸੀਂ ਵੀ ਆਪ ਦੇ ਇੱਕ ਨੀਤੀ ਜੋਗ ਵਰਗੀ ਇੱਕ ਸੰਸਥਾ ਬਣਾ ਲਈ ਅਸੀਂ ਵੀ ਆਪ ਦੇ ਫੈਸਲੇ ਉਸ ਤਰ੍ਹਾਂ ਲਿਆ ਕਰਾਂਗੇ ਇਹ ਕਿਹਦੇ ਮਨਜ਼ੂਰੀ ਦਿੱਤੀ ਦਾ ਜਿਸ ਸੰਸਥਾ ਨੂੰ ਸਥਾਪਿਤ ਕਰਨ ਵਾਸਤੇ ਪ੍ਰਸਾਦ ਮਨਜ਼ੂਰੀ ਮਿਲ ਗਈ ਇਹਨਾਂ ਨੂੰ ਨੀਤੀ ਜੋਗ ਵਾਂਗੂ ਹੀ ਆਰì ਬਣਾ ਸਕਦੇ ਆ ਤੇ ਇਹ ਕੀਤੀ ਹੈ ਮਹਾਰਾਸ਼ਟਰ ਨੇ ਠੀਕ ਹੈ ਜੋ ਸਾਨੂੰ ਇੱਕ ਮਿੰਟ ਦੇ 20 30 ਸੈਕਿੰਡ ਲੱਗ ਜਾਂਦਾ ਦਿਮਾਗ ਚ ਵਿੱਚ ਪੈ ਜਾਂਦਾ ਇਸ ਤੋਂ ਬਾਅਦ ਇਹ ਤੁਸੀਂ ਛੱਡਣਾ ਚਾਹੁੰਦੇ ਛੱਡ ਸਕਦੇ ਹੋ ਠੀਕ ਹੈ ਤਾਂ ਗ੍ਰੋਸ ਡਾਇਰੈਕਟ ਟੈਕਸ ਕਲੈਕਸ਼ਨ ਹੈ ਰਜਿਸਟਰਡ ਦਾ ਗ੍ਰੋਥ ਆਫ ਹਾਊ ਮਾਚ ਪਰਸੈਂਟ ਇਨ ਕਰੰਟ ਫਾਈਨੈਂਸ਼ੀਅਲ ਇਅਰ 2021-22 ਕਹਿੰਦੇ 2021-22 ਦੇ ਮੁਕਾਬਲੇ ਮੌਜੂਦਾ ਬੀਤੀ ਸਾਲ ਵਿੱਚ ਕੁੱਲ ਪ੍ਰਤੱਖ ਟੈਕਸ ਸੰਗ੍ਰਹਿ ਵਿੱਚ ਕਿੰਨੀ ਪ੍ਰਤੀਸ਼ਤ ਵਾਧਾ ਦਰਜ ਹੋਇਆ ਕਿੰਨੇ ਪਰਸੈਂਟ ਪਰ ਟੈਕਸ ਜ਼ਿਆਦਾ ਪਏ ਹੋਇਆ ਹੈਗਾ 30% ਦੇਖੋ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਸਭ ਤੋਂ ਪਹਿਲਾ ਸਵਾਲ ਤੋਂ ਆਪਰੇਸ਼ਨ ਇਹੀ ਮੰਨ ਲਾਂਗੇ ਕਿ ਬਾਡ ਰੈਸਲਿੰਗ ਚੈਂਪੀਅਨਸ਼ਿਪ ਕਿੱਥੇ ਹੋਈ ਸੀ ਬਿੱਲਗ੍ਰੇਡ ਦੇ ਵਿੱਚ ਹੋਈ ਸੀ ਪਹਿਲਾ ਪ੍ਰਸ਼ਨ ਇਹ ਦੂਜਾ ਪ੍ਰਸ਼ਨ ਕਹਿੰਦੇ 65 ਕਿਲੋ ਕੇਜੀ ਦੇ ਵਿੱਚ 65 ਕੈਟਾਗਰੀ 65 ਕਿਲੋ ਕੇਜੀ ਦੇ ਵਿੱਚ 브్రాঞ্জ ਮੈਡਲ ਕਿਹਨੇ ਜਿੱਤਿਆਗਾ ਇਹ ਜਿੱਤਿਆ ਬਜਰੰਗ ਪੁਨੀਆ ਨੇ ਹੁਣ ਤੁਸੀਂ ਇੱਕ ਪ੍ਰਸ਼ਨ ਇਹ ਵੀ ਪੁੱਛਣਗੇ ਬਜਰੰਗ ਪੁਨੀਆ ਸੰਬੰਧ ਕਿਹੜੀ ਖੇਡ ਨਾਲ ਰੈਸਲਿੰਗ ਨਾਲ ਹੈ ਬਜਰੰਗ ਕੁਨੀਆ ਨੇ 65 ਦੇ 65 ਕਿਜੀ ਦੇ ਵਿੱਚ ਕਿਹੜਾ ਮੈਡਲ ਹਾਸਲ ਕੀਤਾ 브్రాঞ্জ ਮੈਡਲ ਦੇਖੋ ਸਾਰੀਆਂ ਚੀਜ਼ਾਂ ਧਿਆਨ ਨਾਲ ਲਾ ਕੇ ਚੰਗੀਆਂ ਜਾਂ ਜਿਹੜਾ ਬਜਰੰਗ ਪੁਨੀਆ ਨੇ 브్రాঞ্জ ਮੈਡਲ ਜਿੱਤਿਆ ਉਹ ਕਿੰਨੀ ਕੈਟਾਗਰੀ ਦੇ ਵਿੱਚ ਜਿੱਤਿਆ 65 ਕਿਜੀ ਦੇ ਵਿੱਚ ਦੇਖੋ ਪ੍ਰਸ਼ਨ ਜਿੱਥੋਂ ਵੀ ਬਣ ਸਕਦਾ ਹੈ ਇਹ ਤੁਸੀਂ ਆਪ ਤਾਂ ਦੇਖਣਾਗਾ ਠੀਕ ਹੈ ਮੇਰਾ ਕਰਮ ਹੈਗਾ ਕਰਵਾਉਂ ਇਦੋ ਵਾਰ ਆਜੇ ਅੱਗੇ ਪ੍ਰਸ਼ਨ ਆ ਗਿਆ ਆਪਣੇ ਕੋਲ ਅਗਲੇ ਚ ਕੀ ਕਹਿ ਰਹੇ ਨੇ ਇਹ ਖੇਡਾਂ ਨਾਲ ਸੰਬੰਧਤ ਆਗੇ ਬਾਡ ਪੈਰਾ ਐਥਲੈਟਿਕ ਗ੍ਰੈਂਡ ਪ੍ਰਿਕਸ ਸਭ ਤੋਂ ਪਹਿਲੇ ਪ੍ਰਸ਼ਨ ਇਹੀ ਬਾਡ ਪੈਰਾ ਐਥਲੈਟਿਕ ਗ੍ਰੈਂਡ ਪ੍ਰਿਕਸ ਕਿੱਥੇ ਹੋਈ ਹੈ ਮਰੱਕੋ ਦੇ ਵਿੱਚ ਹੋਈ ਹੈ ਇਹ ਸਿਲ버 ਮੈਡਲ ਜਿੱਤੇਗਾ ਇਹ ਸਿਲ버 ਮੈਡਲ ਕਹਿੰਦੇ ਕਿਹਨੇ ਜਿੱਤੇਗਾ ਇਹ ਜਿੱਤੇਗਾ ਦਵਿੰਦਰਾ ਚਾਚਰੀਆ ਚਾਚਰੀਆ ਨਹੀਂ ਖਾਂਦਾ ਚਿਰਗਿਆ ਖਾਨ ਵੀ ਉਹ ਵੀ ਸੁਣਿਆ ਹੋ ਤੁਸੀਂ ਖਾਂਦਾ ਕਾਰਿਆਣੀਆਂ ਕੋਲੇ ਵਾਲੀਆਂ ਕਿਉਂ ਲੋਹੇ ਵਾਲੀਆਂ ਤੁਸੀਂ ਦੱਸੋ ਕਮੈਂਟ ਦੇ ਵਿੱਚ ਰਿਆ ਖਾਨ ਕਿਸ ਤੰਬਰ 2022 ਦੇ ਵਿੱਚ ਠੀਕ ਹੈ ਜਿਹੜਾ ਆਪਣਾ ਨੇਵਲ ਡੌਕਯਾਰਡ ਆ ਮੁੰਬਈ ਦੇ ਵਿੱਚ ਉੱਥੇ ਇੱਕ ਸਮਰੋਹ ਹੋਇਆ ਸੀ ਜਿਹਦੇ ਵਿੱਚ ਕਿਸ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਨੂੰ ਰੱਦ ਕਰ ਦਿੱਤਾ ਇੱਥੇ ਦੇਖੋ ਨੇਵਲ ਡੌਕਯਾਰਡ ਕਿੱਥੇ ਹੈਗਾ ਮੁੰਬਈ ਦੇ ਵਿੱਚ ਇੱਥੇ ਇੱਕ ਨੇਵੀ ਨੇ ਨੇਵੀ ਹੁੰਦੀ ਹੈ ਜਿਹੜੀ ਆਪਣੀ ਸਮੁੰਦਰੀ ਸੈਨਾ ਉਹਨੇ ਇੱਕ ਉਹ ਕਰਾਇਆ ਇਸ ਮੀਟਿੰਗ ਜੀ ਰੱਖੀ ਸੀ ਇੱਥੇ ਠੀਕ ਹੈ ਉਹਦੇ ਵਿੱਚ ਇੱਕ ਉਹਨਾਂ ਨੇ ਇੱਕ ਜਹਾਜ਼ ਜਿਹੜਾ ਆਪਦਾ ਉਹ ਸਸਪੈਂਡ ਕਰਤਾ ਕਿ ਭਾਈ ਸਾਬ ਇਹ ਤੋਂ ਆਪਾਂ ਬਹੁਤ ਕੰਮ ਲੈਣਾ ਹੁੰਦਾ ਤਾਂ ਕੰਮ ਨਹੀਂ ਲੈਣਾ ਆਈਐਨਐਸ ਅਜੀ ਠੀਕ ਹੈ 32 ਸਾਲਾਂ ਬਾਅਦ ਰਾਜੇ ਤੋਂ ਉਹ ਕਰਤਾ ਇਹਨਾਂ ਨੇ ਠੀਕ ਹੈ ਇਸ ਤੋਂ ਬਾਅਦ ਅਗਲਾ ਹਾਂ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇਹ ਕਹਿੰਦੇ ਨਾ ਕਿ ਇੰਡੀਅਨ ਆਰਮੀ ਨੇ ਇੱਕ ਸੈਟੇਲਾਈਟ ਰਾਹੀਂ ਇੰਟਰਨੈਟ ਪ੍ਰੋਵਾਈਡ ਕਰਵਾਤਾ ਜਿੱਥੇ ਰਾਜੇ ਜਿਹੜਾ ਕਿ ਆਪਣਾ ਬਾਡਾ ਸਭ ਤੋਂ ਹਾਈਸਟ ਬੈਟਲ ਲੈਂਡ ਹੈ ਕਿਹੜਾ ਸਿਆਚਨ ਗਲੇਸ਼ੀਅਰ ਠੀਕ ਹੈ ਉੱਥੇ ਵੀ ਹੁਣ ਨੈਟ ਚੱਲਿਆ ਕਰੂਗਾ ਬਾਉਂਡਰੀ ਰੇਂਜ ਤੇ ਹਾਂ ਉੱਥੇ ਨੈਟ ਚੱਲਿਆ ਕਰੂ ਕਿਹੜਾ ਜਿਹੜਾ ਸਿਆਚਨ ਗਲੇਸ਼ੀਅਰ ਹੈਗਾ ਇਹ ਕਿਹੜੀਆਂ ਮਾਊਂਟੇਨ ਰੇਂਜ ਦੇ ਵਿੱਚ ਆਉਂਦਾਗਾ ਕਿਹੜੀਆਂ ਮਾਊਂਟੇਨ ਰੇਂਜ ਦੇ ਵਿੱਚ ਆਉਂਦਾ ਇਹ ਪੁੱਛ ਰਹੇ ਨੇ ਰਾਜੇ ਠੀਕ ਹੈ ਇਹ ਜੇ ਪ੍ਰੈਸ਼ਨ ਬੰਦੇ ਹ ਫਰ ਅਟੈਕਟੀਜ਼ਰ ਕਰ ਲੋ ਪੀਸਡੇ ਇੰਟਰਨੈਸ਼ਨਲ ਪੀਸਡੇ ਕਿਦੋਂ ਬਣਾਇਆ ਜਾਂਦਾ 21 ਸਤੰਬਰ ਨੂੰ ਤੂੰ ਯਾਦ ਕਰ ਲੈ ਲੋ ਦੋ ਜਾਨਿਆਂ ਦੇ ਵਿੱਚ ਇੱਕ ਬੰਦਾ ਸ਼ਾਂਤ ਹੋਣਾ ਚਾਹੀਦਾ ਫੇਰ ਹੀ ਠੀਕ ਹੈ ਮੈਂ ਤੁਸੀਂ ਵਿਆਹ ਕਰਾਉਂਗੇ ਹਾਂ ਕੱਲ ਨੂੰ ਜਿਹੜੇ ਮੁੰਡੇ ਹੋਣਗੇ ਉਹਦੇ ਘਰ ਵਾਲੀ ਬਣੀ ਅੜਪਾ ਗਈ ਜੇ ਜਿਹੜੇ ਕੁੜਗਿਆਂ ਦੇ ਘਰ ਵਾਲਾ ਬਹੁਤ ਅੜਪਾ ਗਿਆ ਤੇ ਜੇ ਦੋਨਾਂ ਦੇ ਵਿੱਚ ਇੱਕ ਬੰਦਾ ਸਿਆਣਾ ਹੋਊਗਾ ਠੀਕ ਹੈ ਤਾਂ ਉਹਨੂੰ ਪੀਸ ਕਰਾ ਲੂਗੀ ਇੱਕ ਬੰਦਾ ਸ਼ਾਂਤ ਹੋਣਾ ਚਾਹੀਦਾ ਦੋਨਾਂ ਦੇ ਵਿੱਚੋਂ ਠੀਕ ਹੈ ਤੇ ਇਹ ਦਿਨ ਦਾ ਥੀਮ ਕੀ ਸੀ ਰਾਜੇ ਥੀਮ ਇਹਦਾ ਹੈਗਾ ਸੀ ਐਂਡ ਰੈਕਸ ਬਿਲਡ ਪੀਸ ਠੀਕ ਹੈ ਲੜਾਈ ਚੱਕਲੀ ਨੂੰ ਖਤਮ ਕਰ ਆ ਪ੍ਰੈਸ਼ਰ ਬੋਲਦੇ ਇਹ ਫਿਲਮਾ ਦੇਖੋ ਤੁਸੀਂ ਕਹਿੰਦੇ ਉਹਨੇ ਸਿਨੇਮਾ ਨਾਲ ਰਿਲੇਟਡ ਸਿਨੇਮਾ ਨਾਲ ਰਿਲੇਟਡ ਪਿਚਨ ਆ ਗਿਆ ਠੀਕ ਹੈ ਕਹਿੰਦੇ ਐਟ ਕੀ ਔਸਕਰ ਅਵਾਰਡ ਹੋਇਆ ਕਿ ਮਾ ਔਸਕਰ ਅਵਾਰਡ ਹੋਇਆ ਪਹਿਲਾ ਪ੍ਰੈਸ਼ਰ ਤਹੀ ਬਣ ਗਿਆ 95 ਔਸਕਰ ਅਵਾਰਡ ਹੋਇਆ ਇਹਦੇ ਵਿੱਚ ਵਾਟ ਵਿਚ ਆਫ ਦਾ ਫੋਲੋਇੰਗ ਫਿਲਮ ਇਜ਼ ਦਾ ਇੰਡੀਅਨ ਆਫੀਸ਼ੀਅਲੀ ਐਂਟਰੀ ਪਚਨਵਾ ਜਿਹੜਾ ਅਕੈਡਮੀ ਅਵਾਰਡ ਹੋਇਆ ਔਸਕਰ ਅਵਾਰਡ ਉਹਦੇ ਵਿੱਚ ਕਿਹੜੀ ਇੰਡੀਅਨ ਫਿਲਮ ਹੈ ਜਿਹਨੇ ਐਂਟਰੀ ਕਰ ਲਈ ਰਾਜ ਦੇ ਵਿੱਚ ਠੀਕ ਹੈ ਕਿਹੜੀ ਇੰਡੀਅਨ ਫਿਲਮ ਹੈ ਜਿਹਨੇ ਉਹਦੇ ਵਿੱਚ ਐਂਟਰੀ ਕਰ ਲਈ ਦੱਸੋ ਚੈਲੋ ਸ਼ੋ ਠੀਕ ਹੈ ਚੈਲੋ ਸ਼ੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਹੂ ਹੈਜ਼ ਬੀਨ ਅਵਾਰਡਡ ਦਾ ਬੈਸਟ ਐਕਟਰ ਪ੍ਰੈਸਟੀਗਿਅਸ ਪ੍ਰੀਯਦਰਸ਼ਨੀ ਅਕੈਡਮੀ ਸਮੀਤਾ ਪਾਇਟਲ ਮੈਂਬਰੀ ਅਵਾਰਡ ਠੀਕ ਹੈ ਬਕਾਰੀ ਪ੍ਰੀਯਦਰਸ਼ਨੀ ਅਕੈਡਮੀ ਅਵਾਰਡ ਪਾਇਟਲ ਮੈਂਬਰੀ ਅਵਾਰਡ ਵਿੱਚ ਸਰਬਉਤਮ ਅਦਾਕਾਰ ਦਾ ਪੁਰਸਕਾਰ ਕਿਸ ਨੂੰ ਮਿਲੇਗਾ ਪਰ ਤੁਸੀਂ ਇਹੀ ਚਾਰ ਕਰ ਲਓ ਪ੍ਰੀਯਦਰਸ਼ਨੀ ਮੂਲਾ ਚਾਰ ਕਰ ਲਓ ਪ੍ਰੀਯਦਰਸ਼ਨੀ ਅਵਾਰਡ ਕਿਹੜੀ ਐਕਟਰ ਨੂੰ ਮਿਲੇਗਾ ਠੀਕ ਹੈ ਇਹ ਮਿਲੇ ਆਪਣੀ ਆਲੀਆ ਪਟ ਨੂੰ ਠੀਕ ਹੈ ਬਾਡ ਅਲਜ਼ਾਈਮਰ ਦੇ ਨਾਮ ਨਾਲ ਜਾਂਦਾਗਾ ਠੀਕ ਹੈ ਬੰਨ ਲੈਣ ਦਾ ਪੇਸ਼ੇ ਜਿਆਦਾ ਡੀਪਲੀ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਨੇ ਥੀਮ ਪੁੱਛਿਆ ਸੋਰੀ ਇਹਦਾ ਥੀਮ ਪੁੱਛਿਆ ਥੀਮ ਹੈਗਾ ਇਹਦਾ ਡੀ ਨੰਬਰ ਆਪਸ਼ਨ ਨੋ ਡਿਮੈਟੀਆ ਨੋ ਅਲਜ਼ਾਈਮਰ ਠੀਕ ਹੈ ਇਸ ਤੋਂ ਬਾਅਦ ਅੱਗੇ ਆ ਗਿਆ ਖੇਡ ਲਿਖਿਆ ਵਿੱਚ ਉਹ ਕਿਹੜੀ ਟੀਮ ਨੇ ਸਾਫ ਮੈਚ ਜੇ ਪਿਛੇ 2022 ਜਿੱਤੀ ਹੈ ਠੀਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਪੇਸ਼ੇ ਹੈ ਖੇਡ ਨਾਲ ਰਿਲੇਟਡ ਹੈਗਾ ਬੰਗਲਾਦੇਸ਼ ਨੇ ਚੇਜ਼ ਬੰਨ ਲੈਣ ਨਾਲ ਹੋਣਗੇ ਸਿੱਧੇ ਕਰਵਾ ਦੂੰਗਾ ਪਰ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਓ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾਗਾ ਠੀਕ ਹੈ ਰੀਸੈਂ ਇਹਰ ਦੋ ਇੱਕ ਬੈਂਕ ਬੈਂਕ ਨੂੰ ਹਟਾਉਂਦੇ ਹਟਾਉਂਦੀ ਰਹਿੰਦੇ ਆ ਤਾਂ ਠੀਕ ਹੈ ਆਨਸਰ ਹੈ ਥੱਲੇ ਦੇਖ ਲਓ ਸੀ ਨੰਬਰ ਆਪਸ਼ਨ ਹੋਊਗਾ ਸ਼ਾਇਦ ਹਾਂ ਉਹੀ ਹੈ ਠੀਕ ਹੈ ਤਾਂ ਇਹ ਰਹਿਣ ਦੋ ਭਾਵੇਂ ਅਲਜ਼ਾਈਮਰ ਕਿਦੋਂ ਬਣਾਇਆ ਜਾਂਦਾ ਪਹਿਲਾਂ ਤਾਂ ਥੀਮ ਪੁੱਛਿਆ ਗਿਆ ਸੀ ਆਪਾਂ ਤੋਂ ਠੀਕ ਹੈ ਹੁਣ ਆਪਣਾ ਇਹ ਬਣਾਇਆ ਜਾਂਦਾ ਅਲਜ਼ਾਈਮਰ ਬਣਾਇਆ ਜਾਂਦਾ ਆਪਣਾ 21 ਸਤੰਬਰ ਨੂੰ ਠੀਕ ਹੈ ਤੇ ਪੀਐਸਵੀ ਤੇ ਅਲਜ਼ਾਈਮਰ ਵੀ ਇੱਕਦਣੀ ਬਣਾਇਆ ਜਾਂਦਾ ਅੱਗੇ ਉਹ ਸੋਲ ਚ ਜੋ 21 ਨੂੰ ਸੀ 21 ਨੂੰ ਇਹ ਸੀ ਉਹ ਇੱਕਦਣੀ ਆ ਜਾਂਦੇ ਦੋਨੇ ਠੀਕ ਹੈ ਯਾਰ ਕਰਨਾ ਸੌਖਾ ਹੈ ਹੁਣ ਆ ਗਿਆ ਆਪਾਂ 23 ਸਤੰਬਰ ਦੇ ਬਾਅਦ ਦੋ ਦਿਨਾਂ ਦੇ ਰਹਿ ਗਏ ਬਸ ਕਹਿੰਦੇ ਬੂਈ ਕੇਅਰ ਦਿੱਲੀ ਪੁਲਿਸ ਨੇ ਇੱਕ ਸਿਸਟਮ ਲਾਂਚ ਕੀਤਾ ਬੂਈ ਕੇਅਰ ਠੀਕ ਹੈ ਪੁਲਿਸ ਕਮਿਊਨਿਟੀ ਪੁਲਸਿੰਗ ਪਹਿਲ ਕਰਦੇ ਮਨੇ ਬੀ ਕੇਅਰ ਕਿਹਨੇ ਉਦਘਾਟਨ ਕਰਵਾਇਆ ਇਹਦਾ ਇਹਨਰਕਰਨ ਕਰਾਇਆ ਡੀ ਨੰਬਰ ਆਪਸ਼ਨ ਨੇ ਬੀ ਕੇ ਸਖਸੈਣਾ ਕਿਨੇ ਬੀ ਕੇ ਸਖਸੈਣਾ ਬਹੁਤ ਜਿਆਦਾ ਇੰਪੋਰਟੈਂਟ ਅਪਰੇਸ਼ਨ ਹੈਗਾ ਜੀ ਕਿਸੇ ਬੱਚੇ ਨੂੰ ਛੱਡਣਾ ਨਹੀਂ ਹੈਗਾ ਬੂਈ ਕੇਅਰ ਕਿਹੜੀ ਸਕੀਮ ਹੈ ਇਸ ਤੋਂ ਬਾਅਦ ਆਗਲਾ ਕਹਿੰਦੇ ਵਿਚ ਉਹਦਾ ਫੋਲੋਇੰਗ ਸਟੇਟ ਅਪਰੇਸ਼ਨ ਡਿਪਾਰਟਮੈਂਟ ਹੈਜ਼ ਲਾਂਚਡ ਅ ਪੁਲਿਸ ਸਟਾਫ ਅਟੈਂਡੈਂਸ ਐਪ ਇਨ ਮੋਬਾਈਲ ਐਪਲੀਕੇਸ਼ਨ ਕਹਿੰਦੇ ਕਿਥੋਂ ਦੀ ਸਟੇਟ ਸਰਕਾਰ ਆ ਰਹੀ ਜੇ ਇਹ ਕਹਿੰਦੇ ਜਿਹੜੇ ਜੇਲ੍ਹਾਂ ਦਾ ਸਟਾਫ ਹੋਊਗਾ ਜੇਲ੍ਹ ਦੇ ਵਿੱਚ ਕੈਦੀ ਰੱਖੇ ਹੋਣੇ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਫ ਹੈਗਾ ਉਹਨਾਂ ਦੀ ਜਿਹੜੀ ਹਾਜ਼ਰੀ ਹੈਗੀ ਉਹ ਐਪ ਦੇ ਉੱਪਰ ਲੱਗਿਆ ਕਰੂਗੀ ਕਿ ਉਹ ਆਇਆ ਕਿ ਆਇ ਨਹੀਂ ਠੀਕ ਹੈ ਤਾਂ ਇਹ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਉਹ ਕੀਤੀ ਇਹ ਚੀਜ਼ ਨੂੰ ਲੈ ਕੇ ਕਿ ਕ੍ਰਾਈਮ ਨਾ ਵਧੇ ਠੀਕ ਹੈ ਕਿ ਕਿ ਵੀ ਕੋਈ ਬੰਦਾ ਬੈਠਾ ਰੱਖੇ ਹੁੰਦਾ ਕਹਿੰਦਾ ਮੈਂ ਡਿਊਟੀ ਤੇ ਆਗਾ ਉਹਨਾਂ ਵਾਸਤੇ ਇਹ ਕਹਿੰਦੀ ਕਿ ਆਨਲਾਈਨ ਲੱਗਿਆ ਕਰੂਗੀ ਹਾਜ਼ਰੀ ਠੀਕ ਹੈ ਤਾਂ ਇਹ ਕਿਹਨੇ ਕੀਤਾ ਨਾ ਜੇ ਇਹ ਕਿਤਾ ਆਪਣਾ 80 ਨੰਬਰ ਆਪਸ਼ਨ ਨਾ ਦਾ ਲੈਣ ਦੇ ਨਾਗਾ ਲੈਣ ਦੀ ਆਪਸ਼ਨਲ ਲੈਂਗੁਏਜ ਤੁਹਾਨੂੰ ਪਤਾ ਕੀ ਹੈਗਾ ਇੰਗਲਿਸ਼ ਆਪਸ਼ਨਲ ਲੈਂਗੁਏਜ ਤੇ ਤੁਹਾਨੂੰ ਹੋਰ ਦੱਸਦਾ 8ਵੇਂ ਸ਼ੈਡਿਊਲ ਦੇ ਵਿੱਚ ਆਪਣੇ ਆ ਜਾਂਦੀਆਂ ਲੈਂਗੁਏਜ ਆ 8ਵੇਂ ਸੂਚੀ ਦੇ ਵਿੱਚ ਪਰ ਇੰਗਲਿਸ਼ ਆਪਣੀ ਬਾਈ ਪਛਾਵਾਂ ਦੇ ਵਿੱਚੋਂ ਨਹੀਂ ਹੈਗੀ ਇਹ ਗੱਲ ਯਾਦ ਰੱਖਿਓ ਠੀਕ ਹੈ ਲਿੰਡਾ ਫਰੂਨ ਬਿਰ ਟੋਵਾ ਨਾ ਹੀ ਵਾਲੇ ਔਖੇ ਯਾਰ ਕੌਣ ਲੈਂਦਾ ਹੋਈ ਔਖੇ ਨਾਮ ਠੀਕ ਹੈ ਕਹਿੰਦੇ ਬੀਟੀਏ ਚਨਈ ਓਪਨ 2022 ਆਫਟਰ ਬੀਟਿੰਗ ਥਰਡ ਸੀਡ ਮਾਗੜਾ ਲਿਨਟ ਸ਼ੀ ਇਜ਼ ਫਰਮ ਟੂ ਵਿਚ ਕੰਟਰੀ ਠੀਕ ਹੈ ਰਾਜੇ ਤੇ ਇਹ ਗੱਲ ਕਰ ਰਹੇ ਨੇ ਕਹਿੰਦੇ ਲਿੰਡਾ ਨੇ ਤੀਜਾ ਦਰਜਾ ਪ੍ਰਾਪਤ ਮੈਗੜਾ ਲਿਨਟ ਨੇ ਨੂੰ ਹਰਾ ਕੇ ਤੀਜਾ ਦਰਜਾ ਪ੍ਰਾਪਤ ਕੀਤਾ ਰਾਜੇ ਨੇ ਕਿਹਨੂੰ ਮੈਗੜਾ ਲਿਨਟ ਨੂੰ ਹਰਾ ਕੇ ਚਨਈ ਓਪਨ 2022 ਦੇ ਖਿਤਾਬ ਦੇ ਵਿੱਚ ਇੱਕ ਕਿਸੇ ਦੇਸ਼ ਤੋਂ ਹੈ ਦੇਖੋ ਕਿੰਨਾ ਡੀਪਲੀਬ੍ਰਿਸ਼ਨ ਲੈ ਕੇ ਗਏ ਆ ਠੀਕ ਹੈ ਇਹ ਗਿਆ ਸੀਜੀਪਬਲਿਕ ਠੀਕ ਹੈ 46 ਨਾ ਹਰਾਇਆਗਾ ਤੇ ਪੋਲੈਂਡ ਦੀ ਹੈ राजे ਇਹ ਮੈਗੜਾ ਮੈਗੜਾ ਜਿਹਨੂੰ ਹਰਾਇਆਗਾ ਇਹ ਪੋਲੈਂਡ ਦੀ ਹੈ ਠੀਕ ਹੈ ਹੋਇਆ ਕਿੱਥੇ ਮੈਚ ਇਹ ਚਨਈ ਦੇ ਵਿੱਚ ਹੋਇਆਗਾ ਚਨਈ ਦੇ ਵਿੱਚ ਹੋਇਆ ਇਹ ਬੀਰਟੀ ਦੇਖੋ ਚਨਈ ਦੇ ਵਿੱਚ ਨਹੀਂ ਪਿੱਛਾ ਗਾ ਰੈਨੋਡੇ ਬੇਰੀ ਬੇਰੀ ਇੰਪੋਰਟੈਂਟ ਇਮਪ੍ਰੈਸ਼ਨ ਹੈਗਾ ਸੀ ਆਪਸ਼ਨ ਆਨਸਰ ਬੇਰੀ ਬੇਰੀ ਇੰਪੋਰਟੈਂਟ ਸੀ ਨੰਬਰ ਆਪਸ਼ਨ ਠੀਕ ਹੈ ਤੇ ਥੀਮ ਕੀ ਹੈ ਦਾ ਫਾਈਵਰ ਐਨੋ ਸਪੈਸਿਸ ਫੋਰ ਏਵਰ ਬੇਰੀ 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 ਇੰਪੋਰਟੈਂਟ ਇਮਪ੍ਰੈਸ਼ਨ ਹੈਗਾ ਜੀ ਉਦੋਂ ਜਿਹੜੇ ਠੀਕ ਹੈ ਵਾਰਡ ਰੋਥਡੇ ਵੈਲਫੇਅਰ ਆਫ ਕੈਂసర్ ਪੇਸ਼ੈਂਟ ਬਾਡ ਵਾਈਡ सेलिब्रेट ਇਹਨੂੰ ਲਈ ਦੱਸੋ ਕਿਦੋਂ ਮਨਾਇਆ ਜਾਂਦਾ ਹੈ 22 ਸਤੰਬਰ ਨੂੰ ਠੀਕ ਹੈ 22 ਸਤੰਬਰ ਨੂੰ ਇਹ ਗੱਲ ਯਾਦ ਰੱਖਣੀ ਹੈ ਇਹ ਦੁਬਾਰਾ ਅਗਲਾ ਇਹ ਕਹਿੰਦੇ ਪ੍ਰਾਈਮ ਮਿਨਿਸਟਰ ਦਾ ਅਫਸਰ ਹੈ ਜੀ ਪ੍ਰਾਈਮ ਮਿਨਿਸਟਰ ਦਾ ਅਫਸਰ ਜਿਹੜਾ ਠੀਕ ਹੈ ਉਹਦੇ ਵਾਸਤਵਿਕ ਇੱਕ ਬੰਦੇ ਨੂੰ ਨਾਮਿਨੇਟ ਕੀਤਾ ਟਰਸਟ ਫੰਡ ਜਿਹੜੇ ਵੀ ਹੁੰਦੇ ਪੀਐਮ ਕੇਅਰ ਫੰਡ ਦੇ ਵਿੱਚ ਟਰਸਟ ਫੰਡ ਵਾਸਤੇ ਕਿਹੜੇ ਬੰਦੇ ਨਾਮਿਨੇਟ ਕੀਤਾਗਾ ਇਹ ਗੱਲ ਕਰ ਰਹੇ ਨੇ ਇਹ ਕੀਤਾਗਾ ਡੀ ਨੰਬਰ ਆਪਸ਼ਨ ਰਤਨ ਟਾਟਾ ਬੇਰੀ 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 ਇੰਪੋਰਟੈਂਟ ਪ੍ਰੇਸ਼ਨ ਆ ਇਹ ਠੀਕ ਹੈ ਇਸ ਤੋਂ ਬਾਅਦ ਅਗਲਾ ਇੰਡੀਆ ਟੂ ਸੈਟ ਅਪ ਹੋਸਟ ਇਟਸ ਮੇਡ ਇਨ ਮੋਟੋ ਜੀਪੀ ਵਾਰਡ ਜੇਪੇ ਸ਼ੇਪ ਰੇਸ ਐਟ ਦਾ ਬੁੱਧ ਇੰਟਰਨੈਸ਼ਨਲ ਸਰਕਟ ਇਨ ਗਰੇਟਰ ਨੋਇਡਾ ਗਰੇਟਰ ਨੋਇਡਾ ਜੁਪੀ ਇਨ ਭਾਰਤ ਦਾਸ਼ ਵਿੱਚ ਗਰੇਟਰ ਨੋਇਡਾ ਵਿੱਚ ਬੁੱਧ ਇੰਟਰਨੈਸ਼ਨਲ ਸਰਕਟ ਵਿਖੇ ਆਪਣੀ ਪਹਿਲੀ ਮੋਟੋਜੀ ਬਿਸ਼ਪ ਜੈਂਪੀਸ ਤੋਂ ਦੌੜ ਦੀ ਮੇਜਬਾਨੀ ਕਰਨ ਜਾ ਰਿਹਾ ਹੈਗਾ ਜਦੋਂ ਮੇਜਬਾਨੀ ਕਰੂਗਾ ਜੀ ਮੋਟੋਆਂ ਦੀਆਂ ਜਿਹੜੀਆਂ ਰੇਸਾਂ ਨਹੀਂ ਹੁੰਦੀਆਂ ਉਹ ਭਾਜਾਂ ਦੇ ਗੱਡਿਆਂ ਨੂੰ ਭਜਾਉਂਦੇ ਹੁੰਦੇ ਆ 2023 ਦੇ ਵਿੱਚ ADB has paired its 2022-23 growth projection from Indian economy Asian Development Bank ਨੇ ਭਾਰਤ ਦੀ ਅਰਥ ਵਿਵਸਥਾ ਲਈ 2022 ਅਤੇ 23 ਦੇ ਵਾਅਦੇ ਦਾ ਅਨੁਮਾਨ ਕਿੰਨਾ ਜੋੜਿਆ ਹੈਗਾ ਕਰਨ ਦਾ ਕਰ ਲਓ Asian Development Bank ਦਾ ਗੱਲ ਹੈ ਇਹਦਾ ਤੁਸੀਂ ਪੱਕਾ ਯਕੀਨ ਕਰ ਲਓ ਕਿ ਚੇਅਰਮੈਨਸ ਨੂੰ ਕੌਣ ਹੈ ਇਸ ਟਾਈਮ ਠੀਕ ਹੈ ਤੇ ਕਦੋਂ ਬਣੀ ਸੀ ਇਹ ADB ਠੀਕ ਹੈ ਤੇ ਹੈੱਡ ਕੁਆਟਰ ਕਿੱਥੇ ਹੈ ਦਾ ਠੀਕ ਹੈ ਤੁਸੀਂ ਸਰਚ ਕਰਿਆ ਕੋਈ ਨਾ ਜੇ ਤੁਸੀਂ ਆਪ ਸਰਚ ਕਰੋਗੇ ਤੁਸੀਂ ਦੇਖੋ ਕਰਕੇ ਦੇਖੋ ਤਰੀਕਾ ਜੇ ਤੁਸੀਂ ਆਪ ਸਰਚ ਕਰੋ ਤੁਹਾਡੇ ਆਟੋਮੈਟਿਕ ਚੀਜ਼ ਯਾਦ ਹੋ ਜਾਊਗੀ ਈ ਨੰਬਰ অপਸ਼ਨ 7% ਬੈਲ ਐਂਡ ਮੈਲਿੰਡਾ ਗੈਟਸ ਫਾਊਂਡੇਸ਼ਨ ਆਨਰ ਚਾਰ ਚੇਂਜ ਮੇਕਰ ਨੇਮ ਆਫ ਦ ਇੰਡੀਅਨ ਹੂ ਆਨਰ 2022 ਗੋਲ ਕੀਪਰ ਗਲੋਬਲ ਅਵਾਰਡ ਆਹ ਕੀ ਕਹਿੰਦੇ ਕਹਿੰਦੇ ਬੈਲ ਅਤੇ ਮੈਲਿੰਡਾ ਗੈਟਸ ਫਾਊਂਡੇਸ਼ਨ ਨੇ ਠੀਕ ਹੈ ਇੱਕ ਫਾਊਂਡੇਸ਼ਨ ਆਦਾ ਜੀ ਆਹਾ ਠੀਕ ਹੈ ਇਹਨਾਂ ਨੇ ਚਾਰ ਚੇਂਜ ਮੇਕਰ ਨੂੰ ਸਮਾਨਤ ਕੀਤਾਗਾ 2022 ਗੋਲ ਕੀਪਰ ਗਲੋਬਲ ਗੋਲ ਅਵਾਰਡ ਨਾਲ ਸਮਾਨਤ ਕਰਨ ਵਾਲੇ ਭਾਰਤੀ ਦਾ ਨਾਮ ਦੱਸੋ ਭਾਰਤੀ ਕਿਹੜਾ ਉਹਨਾਂ ਦੇ ਵਿੱਚੋਂ ਚੇਂਜ ਮੇਕਰਾਂ ਦੇ ਵਿੱਚੋਂ ਭਾਰਤੀ ਕਿਹੜਾ ਹੈਗਾ ਜਿਹਦਾ ਨਾਮ ਇਹਦੇ ਵਿੱਚ ਇਹ ਲੈ ਰਹੇ ਹੈ ਇਹ ਹੈਗਾ ਆਪਣਾ A ਨੰਬਰ ਆਪਸ਼ਨ ਰਾਧਿਕਾ ਬੱਤਰਾ ਠੀਕ ਹੈ ਰਾਧਿਕਾ ਬੱਤਰਾ ਹੈਗਾ ਠੀਕ ਹੈ ਇਹਨੇ ਸਸਟੇਨੇਬਲ ਦੇ ਵਿੱਚ ਵੀ ਵਧੀਆ ਰੋਲ ਨਿਭਾਇਆ ਹੈ ਉਹਦਾ ਸਸਟੇਨੇਬਲ ਦੇ ਵਿੱਚ ਇਹ ਜਾਰਗਨ ਦੀ ਲੋੜ ਨਹੀਂ ਬਸ ਇੰਨਾ ਨਾਮ ਯਾਦ ਜ਼ਰੂਰ ਕਰ ਲਿਓ ਇਸ ਤੋਂ ਬਾਅਦ ਜੈਸ ਬੈਂਕ ਦਾ ਠੀਕ ਹੈ ਜੱਸ ਵੈਂਕ ਦਾ ਨਾਨ ਐਗਜ਼ੀਕਿਊਟਿਵ ਚੇਅਰਮੈਨ ਕਿਹਨੂੰ ਲਾਦੇ ਨਾਨ ਐਗਜ਼ੀਕਿਊਟਿਵ ਚੇਅਰਮੈਨ ਦੀ ਗੱਲ ਕਰ ਰਹੇ ਹਾਂ ਜੱਸ ਵੈਂਕ ਦਾ ਇਹ ਲਾਇਆ ਦਾਮਾ ਸੁਪਰੀਮਨ ਗਾਂਧੀ ਠੀਕ ਹੈ ਇਸ ਤੋਂ ਬਾਅਦ ਅਗਲਾ ਨੇਮ ਦਾ ਇਜ਼ਰੀਲੀ ਐਮੈਂਸੀ ਲਾਂਚ ਪ੍ਰੋਜੈਕਟ ਦਾ ਮੈਨਸਟਰੋਲ ਹੈਲਥ ਇਨ ਗਾਜੀਆਬਾਦ ਗਾਜੀਆਬਾਦ ਵਿੱਚ ਮਹਾਮਾਰੀ ਦੇ ਸਿਹਤ ਲਈ ਇਜ਼ਰੀਲੀ ਤੂਤਾਵਾਸ ਨੇ ਪ੍ਰੋਜੈਕਟ ਲਾਂਚ ਕੀਤਾਗਾ ਠੀਕ ਹੈ ਕੀ ਨਾਮ ਹੈ ਪ੍ਰੋਜੈਕਟ ਦਾ ਪ੍ਰੋਜੈਕਟ ਦਾ ਨਾਮ ਹੈਗਾ ਸਾਰਸ ਠੀਕ ਹੈ ਗਾਜੀਆਬਾਦ ਵਿੱਚ ਮਹਾਮਾਰੀ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੋਜੈਕਟ ਹੈ ਇਹ ਸਾਰੇ ਤੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਇਹ ਛੱਡਣਾ ਦਾ ਛੱਡ ਸਕਦੇ ਹੋ ਇਹ ਜੋ ਕੋਈ ਇੰਪੋਰਟੈਂਟ ਚੀਜ਼ ਹੈ ਨਹੀਂ ਠੀਕ ਹੈ ਛੱਡ ਦਿਓ ਇਹ ਜੇ ਪੜ੍ਹਨਾ ਪੜ ਸਕਦੇ ਹੋ ਵੈਸੇ ਛੱਡ ਦਿਓ ਠੀਕ ਹੈ ਇੰਡੀਆ ਡੈਸ਼ ਕੋਸਟ ਗਾਰਡ ਡਿਸਪਲੇ ਮੈਰੀ ਟਾਈਮ ਟਾਈ ਦੂਰਿੰਗ ਅਭਿਆਸ ਡ੍ਰਿਲ ਆਫ ਚੇਨਈ ਠੀਕ ਹੈ ਇਹ ਕਹਿੰਦੇ ਭਾਰਤ ਦੇ ਡੈਸ਼ ਟਟ ਰੱਖਿਆ ਨੇ ਚੇਨਈ ਤੋਂ ਅਭਿਆਸ ਕੀਤਾਗਾ ਸਮੁੰਦਰੀ ਸਬੰਧਨ ਉਪਰਦਰਸ਼ਿਤ ਕੀਤਾ ਕਿਹਨੇ ਕੀਤਾ ਇਹ ਠੀਕ ਹੈ ਇਹ ਪੁੱਛ ਰਹੇ ਨੇ ਚਾਰ ਪੰਜ অপਸ਼ਨ ਤੁਹਾਡੇ ਸਾਹਮਣੇ ਆ ਇਹਦਾ ਅਨਸਰ ਹੈਗਾ ਜੀ ਯੂ ਐਸ ਨਾਲ ਠੀਕ ਹੈ ਹੁਣ ਆਪਣੇ ਕੋ ਲਾਸਟ ਮਨਥ ਦੇ ਲਾਸਟ ਦਿਨ ਦੇ ਆਗੇ ਇਹ ਚ ਕੀ ਪੁੱਛ ਰਹੇ ਨੇ ਆਪਾਂ ਤੋਂ ਕਿਹਨੇ ਵਿੱਚ ਆਟੋਮੋਬਾਈਲ ਕੰਪਨੀ ਹੈ ਜੀ 파ਟਨਰ ਹਿੰਦੁਸਤਾਨ ਪੈਟਰੋਲੀਅਮ ਐਚ ਬੀ ਸੀ ਐਲ ਨੇ ਸੈਟ ਅਪ ਚਾਰਜਿੰਗ ਇਨਫਰਾਸਟ੍ਰਕਚਰ ਇਲੈਕਟ੍ਰਿਕ ਟੂ ਵੀਲਰ ਇਨ ਦਾ ਕੰਟਰੀ ਕਿਹਨੇ ਕਿਹੜੀ ਆਟੋਮੋਬਾਈਲ ਕੰਪਨੀ ਦੇਸ਼ ਵਿੱਚ ਇਲੈਕਟ੍ਰਿਕ ਇਲੈਕਟ੍ਰਿਕ ਦੋ ਪਹੀਆ ਵਾਹਨ ਜਿਵੇਂ ਸਕੂਟਰਾਂ ਲਈ ਫਿਰਦੇ ਆਪਾਂ ਚਾਰਜਿੰਗ ਬਣਾ ਲਈ ਤਾਂ ਚਾ ਸਥਾਪਿਤ ਕਰਨ ਵਾਸਤੇ ਕਿਨ ਤੁਸੀਂ ਉੱਥੇ ਚਾਰਜਿੰਗ ਸਟੇਸ਼ਨ ਲਾਇਆ ਔਰ ਪੈਟਰੋ ਦਸਤੋ ਹੈਗਾ ਤੁਹਾਡੇ ਕੋਲ ਕਿਸੇ ਕੋਲ 440 ਸਕੂਟਰੀ ਦਸਤੋ ਭੱਜ ਕਿ ਨਹੀਂ ਗਿਆ ਬਾਈ ਸਾਹਿਬ ਠੀਕ ਹੈ ਤਾਂ ਇਹ ਅਲੱਗ-ਅਲੱਗ ਕੰਪਨੀ ਕਰਦੇ ਜਿਹੜੇ ਸਕੂਟਰੀ ਬਣਾਉਂਦੇ ਨੇ ਉਹ ਕਿਨੇ ਬਾਈ ਸਾਡੇ ਨਾਲ ਟਾਈ ਅਪ ਕਰ ਲਓ ਤਾਂ ਇਹ ਕੀਤਾ ਇਹਨਾਂ ਦੇ ਵਿੱਚੋਂ ਹੀਰੋ ਹੀਰੋ ਮੋਟੋ ਕੋ ਆਪਣੇ ਠੀਕ ਹੈ ਇਸ ਤੋਂ ਬਾਅਦ ਅਗਰੇ ਤੇ ਜਾਓ ਇਹ ਤੁਸੀਂ ਸਿਰਫ ਇੰਨਾ ਯਾਦ ਕਰਨਾਗਾ ਠੀਕ ਹੈ ਡਿਫਰੈਂਸ ਮਿਨਿਸਟਰੀ ਜਿਹੜੀ ਫੌਜ ਆਪਣੀ ਇਹਦੀ ਠੀਕ ਹੈ ਉਨੇ ਐਮ ਜੂ ਸੂਨ ਸਾਈਨ ਕੀਤਾ ਕਿ ਐਮ ਜੂ ਦਾ ਨਾਂ ਕੀ ਹੈ ਦਾ ਮੌਜੂਦਾ ਸਪਰਸ਼ ਜਿਹਦੇ ਫੁੱਲ ਫਾਰਮ ਹੈਗੇ ਸਿਸਟਮ ਫਾਰ ਪੈਨਸ਼ਨ ਐਡਮਿਨਿਸਟ੍ਰੇਸ਼ਨ ਠੀਕ ਹੈ ਸਪਰਸ਼ ਨੇ ਸਪਰਸ਼ ਇੱਕ ਸਿਸਟਮ ਚਲਾਇਆ ਹੈਗਾ ਡਿਫਰੈਂਸ ਮਿਨਿਸਟਰੀ ਨੇ ਚੱਲ ਕੇ ਕਿਹੜੀ ਕੰਪ ਕਿਹੜੀ ਬੈਂਕ ਨੇ ਚਲਾਇਆਗਾ ਇਹ ਪ੍ਰਸ਼ਨ ਪੁੱਛ ਰਹੇ ਨੇ ਇਹ ਚਲਾਇਆ ਬੈਂਕ ਆਫ ਬਨੋਦਾ ਬਨੋਦਰਾ ਦੇ ਵਿੱਚ ਇਹਦਾ ਹੈੱਡ ਕੁਆਟਰ ਇੱਕ ਐਚ ਡੀ ਐਫ ਸੀ ਦੇ ਠੀਕ ਹੈ ਇੱਕ ਐਚ ਡੀ ਐਫ ਸੀ ਸੁਮੀਮਰ ਐਲਵਿਸ ਅਲੀ ਯਾਰਿਕਾ ਹੈਜ਼ ਬੀਕਮ ਦਾ ਫਰਸਟ ਫਰਮ ਦਾ ਨਾਰਥ ਈਸਟ ਟੂ ਅਕ੍ਰੋਸ ਦਾ ਨਾਰਥ ਬਰੀ 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 ਇੰਪੋਰਟੈਂਟ ਪ੍ਰੇਸ਼ਾ ਰਾਜੇ ਨਾਰਥ ਈਸਟ ਠੀਕ ਹੈ ਜਿਹੜਾ ਬਈ ਨਾਰਥ ਚੈਨਲ ਹੈਗਾ ਠੀਕ ਹੈ ਉਹਨੂੰ ਪਾਰ ਕੀਤਾ ਰਾਜੇ ਆ ਬੰਦੇ ਨੇ ਬੰਦੇ ਦਾ ਨਾਂ ਵੀ ਯਾਦ ਰੱਖਣਾ ਤੁਸੀਂ ਠੀਕ ਹੈ ਫਰਸਟ ਬੰਦਾ ਹੈਗਾ ਜਿਹਨੇ ਨਾਰਥ ਈਸਟ ਤੋਂ ਕ੍ਰੋਸ ਕੀਤਾ ਹੈਗਾ ਨਾਰਥ ਚੈਨਲ ਕਿਹੜੀ ਸਟੇਟ ਦਾ ਰਾਜੇ ਇਹ ਕਿਹੜੀ ਸਟੇਟ ਦਾ ਹੈਗਾ ਅਸਾਮ ਦਾ ਸਾਈ ਲੈਂਗੁਏਜ इंटरनेशनल डे ऑफ द साइन लैंग्वेज इज ऑब्जर्व बाय एवरी ईयर ऑन बैच डे ठीक है सी नंबर ऑप्शन 21 सितंबर साइन लैंग्वेज ठीक है सीधी याद कर लो च्याले डीपली जाने दी लोड ठीक है हु बी काउन्ट ऑफ फॉलोइंग हैज बीन अपॉइंटेड ए डायरेक्टर जनरल ऑफ द नेशनल सेंटर ऑफ गुड गवर्नेंस इन सितंबर इस याद करना कर लो नेशनल सेंटर ऑफ गुड गवर्नेंस इन्हीं याद कर लो ए डायरेक्टर जनरल किनु चुन्या गयागा बस यही ऑपरेशन हो गए है ये नंबर ऑप्शन है भारत लाल ਆਪਰੇਸ਼ਨ ਇੰਪੋਰਟੈਂਟ ਹੈ ਮੜਾ ਕਰ ਲਿਓ ਬੈਲਰੀਆ ਜਿਹੜਾ ਠੀਕ ਹੈ ਰਾਜੇ ਇਹਦੀ ਡੈਥ ਹੋ ਗਈ 80 ਸਾਲ ਦੀ ਉਮਰ ਦੇ ਵਿੱਚ ਇਹ ਕੌਣ ਸੀ ਠੀਕ ਹੈ ਇਹ ਇੱਕ ਰਸ਼ੀਨ ਐਸਟਰੋਨੌਟ ਸੀ ਛੰਡਣਾ ਜਿਹੜੇ ਛੱਡ ਵੀ ਸਕਦੇ ਆ ਠੀਕ ਹੈ ਇਸ ਤੋਂ ਬਾਅਦ ਅਗਲਾ ਆ ਇੰਪੋਰਟੈਂਟ ਹੈ ਟੂ ਡਿਵਿੰਗ ਸਪੋਰਟਸ ਵਿਲੇਜ ਲਾਂਚਡ ਬਾਈ ਇੰਡੀਅਨ ਨੇਵੀ ਠੀਕ ਹੈ ਰਾਜੇ ਭਾਰਤੀ ਜਲ ਸੈਨਾ ਨੇ ਹਾਲ ਦੇ ਵਿੱਚ ਹੀ ਦੋ ਡ੍ਰਾਈਵਿੰਗ ਸਪੋਰਟਸ ਵਿਲੇਜ ਸਟਾਰਟ ਕੀਤੇ ਉਹਦਾ ਨਾਮ ਕੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਇੰਡੀਅਨ ਨੇਵੀ ਨੇ ਚਲਾਇਆ ਰਾਜੇ ਜਹਾਜ ਜੇ ਆਪਦੇ ਇਹਨਾਂ ਦੇ ਠੀਕ ਹੈ ਇਹ ਦੋ ਚਲਾਏ ਦੋ ਦੇ ਨਾਮ ਜਰੂਰ ਯਾਦ ਰੱਖ ਲਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਿਸ਼ਤਰ ਐਂਡ ਨਿਪਨ ਨਿਸ਼ਤਰ ਐਂਡ ਨਿਪਨ ਠੀਕ ਹੈ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਕਹਿੰਦੇ ਕਿਹੜਾ ਦੇਸ ਹੈਗਾ ਨਾ ਦੇਸ ਨਹੀਂ ਹੈਗਾ ਚਾਈਨੀਜ਼ ਸੈਨੀਟਾਈਜ਼ਰ ਆ ਜਿਹ ਇੱਕ ਉਹਨੇ ਇੱਕ ਆਰਟਿਕ ਵਾਲਵ ਪਾਲਫ ਨੇ ਪੀੜੀਆਂ ਹੁੰਦਾਗਾ ਉਹਦਾ ਇੱਕ ਕਲੋਨ ਤਿਆਰ ਕੀਤਾ ਕਹਿੰਦਾ ਮਤਲਬ ਕੀ ਜਿਵੇਂ ਹੁਣ ਮੇਰੇ ਵਰਗੀ ਇੱਕ ਬੰਦਾ ਹੋਰ ਬਣਾ ਦਿੰਦਾ ਜਿਵੇਂ ਸੇਮ ਟੂ ਸੇਮ ਉਵੇਂ ਬਿਹੇਵ ਕਰੇ ਉਵੇਂ ਸ਼ਕਲ ਹੋਵੇ ਉਵੇਂ ਸਾਰਾ ਕੁਝ ਉਹਦੇ ਵਰਗਾ ਕਲੋਨੀ ਇੱਕ ਹੋਰ ਬਣਾਤਾ ਠੀਕ ਹੈ ਜਾ ਇਹ ਬਣਾਤਾ ਰਾਜੀ ਭਾਈ ਸਾਹਿਬ ਬਹੁਤ ਵੱਡੀ ਗੱਲ ਆ ਇਹ ਇਹ ਜਿਹੜਾ ਕਲੋਨ ਬਣਾਇਆ ਭੀੜੀਏ ਦਾ ਇਹਦਾ ਨਾਮ ਕੀ ਹੈਗਾ ਮਾਇਆ ਇਹਦਾ ਨਾਮ ਹੈਗਾ ਮਾਇਆ ਠੀਕ ਹੈ ਇਸ ਤੋਂ ਬਾਅਦ ਚੱਲਦੇ ਆ ਅੱਗੇ ਤੇ ਥੀਮ ਕੀ ਹੈ ਸਾਈਨ ਲੈਂਗੁਏਜ ਬਾਰੇ ਪਰਕੀਗਾ 21 ਜੂਨ ਸਾਈਨ ਡੇ ਬਣਾਇਆ ਜਾਂਦਾ ਹੈਗਾ ਉਹਦਾ ਥੀਮ ਜਰੂਰ ਯਾਦ ਕਰ ਲੋ ਰਾਜੀ ਥੀਮ ਕੀ ਹੈਗਾ ਇਹਦਾ ਥੀਮ ਹੈਗਾ ਡੀਨ ਬਰੋਕਸਨ ਸਾਈਨ ਲੈਂਗੁਏਜ ਯੂਨਾਈਟ ਯੂ ਐਸ ਇਹ ਕਹਿੰਦੇ ਵਿੱਚ ਸਟੇਟ ਲੈਗਸ ਲੇਬਲ ਲੈਕਸਲੇਟਿਵ ਅਸੈਂਬਲੀ ਇਜ਼ ஆல் ਸੈਟ ਟੂ ਹੈਵ ਏ ਡਿਜ਼ਰਵ ਫਰਮ ਦਾ ਬੂਮਨ ਲੈਜਿਸਲੇਚਰ ਟੂ ਸਪੀਕਰ ਰੇਜ਼ ੂਮਨ ਸੈਂਟਰੀ ਇਸ਼ੂ ਟੂ ਇਨ ਦਾ ਹਾਊਸ ਓਕੇ ਓਕੇ ਇਹ ਕਹਿੰਦੇ ਰਾਜੀ ਕਹਿੰਦੇ ਕਿਸ ਵਿਧਾਨ ਸਭਾ ਦੇ ਵਿੱਚ ਮਹਿਲਾ ਨੂੰ ਮਹਿਲਾ ਨੂੰ ਇੱਕ ਦਿਨ ਦਿੱਤਾ ਜਾਊਗਾ ਕਿ ਭਾਈ ਤੁਸੀਂ ਆਪ ਦਾ ਦਿਨ ਸਾਰੇ ਮੁੱਦੇ ਚੱਕ ਲੋ ਬੱਸ ਦਾ ਵਧੀਆ ਹੋਇਆ ਇੱਕ ਦਿਨ ਦੇਤਾ ਗਲਤੀ ਕੀਤੀ ਬੱਸ ਇੱਕ ਦਿਨ ਦੇਗੇ ਉਹ ਗੜਾ ਬੋਲਣ ਦੇਣਾ ਸੀ ਇਹਨਾਂ ਦੇ ਬੰਦੇ ਨੂੰ ਉੱਤੇ ਠੀਕ ਹੈ ਚਲੋ ਕੋਈ ਗੱਲ ਨਹੀਂ ਫੇਰ ਗੁੱਸਾ ਨਾ ਕਰ ਜਮਰਾ ਹਾਸੇ ਮਜ਼ਾਕ ਦੀਆਂ ਗੱਲਾਂ ਕਰਦਾ ਹੁੰਦਾ ਠੀਕ ਹੈ ਔਰ ਤਾਂ ਇਹ ਸਾਰਾ ਸਾਲੀ ਬੋਲਦੀ ਕਿ ਜਿਹੜੇ ਬੰਦੇ ਦਾ ਘਰੇ ਬਿਠਾ ਸੌਂਦੇ ਹੁੰਦੇ ਦੇਖੋ ਨੂੰ ਪਤਾ ਲੱਗੂ ਜੇ ਥੋੜਾ ਵਿਆਹ ਹੋ ਗਿਆ ਨਾ ਉਹਨੂੰ ਪਤਾ ਲੱਗੂ ਉਹ ਤੂੰ ਤੁਸੀਂ ਤਾਂ ਬੈਠੇ ਹੋਇਆ ਕਰੋਗੇ ਫਿਰ ਅਗਲੇ ਸੁਣਾਈ ਜਾਏ ਕਿ ਉਹ ਗਿਆ ਕੰਮ ਰਿੰਦਾ ਫਲਾੰਦਾ ਤੇ ਹੁਣ ਕੰਮ ਕੰਮ ਕਰ ਤੁਸੀਂ ਬੈਠੇ ਰਿਆ ਕਰੋਗੇ ਤੇ ਹੁਣ ਤੈਨੂੰ ਦਿਨ ਵੀ ਦੇ ਤੱਕ ਹੁਣ ਦੇਖੋ ਕੀ ਹਾਲ ਹੋਊਗਾ ਉੱਥੇ ਠੀਕ ਹੈ ਕਿੱਥੋਂ ਦੀ ਭਾਈ ਲੈਗਿਸਲੇਚਰ ਨੇ ਲੈ ਕੇ ਦਿੱਤਾਗਾ ਦੱਸੋ ਉੱਤਰ ਪ੍ਰਦੇਸ਼ ਪਿਆ ਕਰਦਾ ਹੁੰਦਾ ਕਿ ਜਿਹੜੇ ਮੁੱਦਿਆਂ ਨੂੰ ਗੰभीर ਨਾ ਬਣਾ ਦਿਓ ਬਾਲਾ ਠੀਕ ਹੈ ਇਹਦਾ ਅਸੀਂ ਮਾਹੌਲ ਚੱਲਦਾ ਰਹਿੰਦਾ ਹੁੰਦਾ ਨਾਰੀ ਤਾਂ ਜਨ ਜਨਨੀ ਜਗ ਜਨਨੀ ਠੀਕ ਹੈ ਵਿੱਚ ਹੋਰ ਫੋਲੋ ਵੀ ਇੰਨੇ ਸਟੇਟ ਪਰਫਾਰਮ ਫਰਸਟ ਐਕਸੈਸਿਵਲੀ ਫੁੱਲ ਆਰਮ ਟ੍ਰਾਂਸਪਲੈਂਟ ਫੁੱਲ ਆਰਮ ਜੇ ਸਮਝੋ ਨਾ ਕਿ ਕਿਸੇ ਬੰਦੇ ਦੀ ਇੱਕ ਬਾਹ ਵੱਡੀ ਕੀ ਮੰਨ ਲਓ ਉਹੀ ਬਾਹ ਫੋਲੋ ਵਿੱਚ ਜਿਵੇਂ ਨਾਲ ਜੋੜਤੀ ਬੰਦੇ ਨੇ ਪਹਿਲੀ ਵਾਰ ਟ੍ਰਾਂਸਪਲੈਂਟ ਹੋਇਆ ਇਹ じゃ ਥੋੜੀ ਬਾਹ ਜਿਵੇਂ ਕਿਸੇ ਬਾਹ ਕੱਟੀ ਗਈ ਹੋਵੇ ਦੁਬਾਰੇ ਜੋੜਤੀ ਠੀਕ ਹੈ ਇਹ ਕਿਹੜੀ ਸਟੇਟ ਦੇ ਵਿੱਚ ਇਹ ਘਟਨਾ ਵਾਪਰੀ ਹੈ ਭਾਈ ਸਾਹਿਬ ਇਹ ਹੋਇਆਗਾ ਕੇਰਲਾ ਦੇ ਵਿੱਚ ਠੀਕ ਹੈ ਕੇਰਲਾ ਦੇ ਵਿੱਚ 10ਵਾਂ IBSEA ਟ੍ਰੈ ਲੈਟਰਲ ਮਿਨਿਸਟਰੀ ਕਮਿਸ਼ਨ ਮੀਟਿੰਗ ਹੋਈ ਹੈ ਠੀਕ ਹੈ ਇਹ ਮੀਟਿੰਗ ਕਿੱਥੇ ਹੋਈ ਹੈ ਇਹ ਹੋਈ ਹੈ ਨਿਊਯਾਰਕ ਦੇ ਵਿੱਚ ਇਹ ਤੋਂ ਅਗਲਾ ਬ੍ਰਿਸ਼ ਕਹਿੰਦੇ ਕਹਿੰਦੇ ਯੂਨਾਈਟਡ ਜੂਨੀਅਰ ਮਿਨਿਸਟਰ ਆਫ ਐਜੂਕੇਸ਼ਨ ਐਂਡ ਸਕਿਲ ਡਵੈਲਪਮੈਂਟ ਦੇਖੋ ਐਜੂਕੇਸ਼ਨ ਮਿਨਿਸਟਰ ਐਂਡ ਸਕਿਲ ਵਾਲਾ ਮਿਨਿਸਟਰ ਕੋਨਾ ਪ੍ਰਤਿਵਿੰਨਰਪਦਾਣਾ ਇਹਨੇ ਕੈਪ ਲਾਂਚ ਕੀਤੀ ਲਾਂਚ ਕੀਤੀ ਹੈ ਕਿਹਦਾ ਨਾਮ ਹੈਗਾ ਸਕੇਲ ਠੀਕ ਹੈ ਜਿਹੜੀ ਸਕੇਲ ਨੂੰ ਡਵੈਲਪ ਕਰੂਗੀ ਕਹਿੰਦੇ ਇਹਦੇ ਵਿੱਚ ਸਕੇਲ ਦੇ ਵਿੱਚ A ਦਾ ਕੀ ਮਤਲਬ ਹੈ ਇਹਦਾ ਕੀ ਮਤਲਬ ਹੈ ਸਕਿੱਲ ਦੇ ਵਿੱਚ ਇਹ ਪੁੱਛ ਰਹੇ ਨੇ ਇਹ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸਕਿੱਲ ਦੀ ਫੁੱਲ ਫਾਰਮ ਦੱਸ ਦਾਂ ਭਾਈ ਸਾਹਿਬ ਜ਼ਰੂਰੀ ਨਹੀਂ ਕਿ ਉਹ ਤੇ ਇਹ ਦੀ ਪੁੱਛਣ ਤੇ ਐਸ ਦੀ ਵੀ ਪੁੱਛ ਸਕਦੇ ਫੁੱਲ ਫਾਰਮ ਹੈਗੀ ਹੈ ਜੀ ਸਕਿੱਲ ਸਰਟੀਫਿਕੇਸ਼ਨ ਅਸੈਸਮੈਂਟ ਫਾਰ ਲੈਦਰ empioyes ਠੀਕ ਹੈ ਹੋਰ ਜੇ ਦੇਖੇ ਇਹਦਾ ਪੁੱਛਿਆ ਇਹਦਾ ਪੁੱਛਿਆ ਅਸੈਸਮੈਂਟ 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 ਆਪ ਐਡੀ ਨੰਬਰ ਆਪਸ਼ਨ ਦੇ ਵਿੱਚ ਠੀਕ ਹੈ ਵਿੱਚ ਉਹਦਾ ਸਟੇਟ ਨੋਟੀਫਾਈਡ ਦਾ ਫਸਟ ਡਗੋਂਗ ਕਨ ਸਰਵੇਸ਼ਨ ਰਿਜ਼ਰਵ ਸੋ ਤੁਹਾਨੂੰ ਇਹ ਪ੍ਰਸ਼ਨ ਪੁੱਛਿਆ ਹੋਗਾ ਪਹਿਲੀ ਡਗੋਂਗ ਕਨ ਸਰਵੇਸ਼ਨ ਰਿਜ਼ਰਵ ਕਿੱਥੇ ਹੈ ਕਿਹੜੀ ਸਟੇਟ ਦੇ ਵਿੱਚ ਇਹ ਪੁੱਛਿਆ ਜਾਊਗਾ ਇਹ ਹੈਗੀ ਆਪਣੀ ਤਲੰਗਣਾ ਦੇ ਵਿੱਚ ਈ ਦੇ ਵਿੱਚ ਤਲੰਗਣਾ ਸੌਰੀ ਤਾਮਨਾਡੂ ਦੇ ਵਿੱਚ ਈ ਦੇ ਵਿੱਚ ਠੀਕ ਹੈ 448 ਏਰੀਆ ਦੇ ਵਿੱਚ ਰਾਜੇ ਠੀਕ ਹੈ ਇਹ ਤੋਂ ਬਾਅਦ ਲਾਸਟ ਪ੍ਰਸ਼ਨ ਆਪਣਾ ਅੱਜ ਦਾ ਸਪਰੀਮ ਕੋਰਟ ਨੇ ਪਾਇੰਟ ਕੀਤਾ ਜੱਜ ਨੂੰ ਠੀਕ ਹੈ ਸੁਪਰੀਮ ਕੋਰਟ ਨੇ ਭਾਰਤ ਦੇ 올림픽 ਸੰਗ ਦੇ ਸਵਿਧਾਨ ਅਨੁਸ਼ੋਧਨ ਅਤੇ ਇਲੈਕਟਰਨ ਕੋਲਜ ਤਿਆਰ ਕਰਨ ਲਈ ਸਾਫ ਕਾ ਜੱਜ ਜਸਟ ਦਾਸ ਦੀ ਨਿਯੁਕਤੀ ਕੀਤੀ ਗਈ ਹੈ ਠੀਕ ਹੈ 올림픽 ਸੰਗ ਦੇ ਨੂੰ ਬਣਾਉਣ ਵਾਸਤੇ 올림픽 ਸਿਚੁਏਸ਼ਨ ਬਣਾਉਣ ਵਾਸਤੇ ਜੱਜ ਦੀ ਨਿਯੁਕਤੀ ਕੀਤੀ ਹੈ ਸੁਪਰੀਮ ਕੋਰਟ ਨੇ ਤੇ ਜੱਜ ਦਾ ਨਾਮ ਕੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਹੋ ਰਹਾ ਜੀ ਸੀ ਨਗੇਸ਼ਵਰ ਨਗੇਸ਼ਵਰ ਫਿਲਮ ਦੇ ਵਿੱਚ ਮੇਸਪੁਰੀ ਦਾ ਨਾਮ ਸੀ ਫੁੱਲ اور ਕਾਂਡੇ ਦੇ ਵਿੱਚ ਠੀਕ ਹੈ ਤਾਂ ਚਲੋ ਰਹੀ ਧੰਨਵਾਦ ਮੇਰੇ ਦੋਸਤੋ ਜਉਂਦੇਵਾਲ ਦੇ ਦੋ ਤੇ ਤਰਕੀਆਂ ਕਰੋ ਠੀਕ ਹੈ ਸਾਰੇ ਬੱਚਿਆਂ ਨੇ ਧਿਆਨ ਕਰ ਲੈਣਾ ਅੱਛਾ ਧੰਨਵਾਦ